ਵਾਹਿਗੁਰੂ ਸਾਹਿਬ ਜੀ ਦੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਹੋ ਪ੍ਰਭੂ ਨਾਨਕ ਦੇ ਕਰ ਹੱਥ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਅੰਦਰ ਜੁੜ ਬੈਠੇ ਸਤਸੰਗੀ ਜਨੋ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਜੋ ਆਪਣੀ ਪਾਵਨ ਹਜ਼ੂਰੀ ਅੰਦਰ ਸਾਹਿਬਜ਼ਾਦਿਆਂ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਇਤਿਹਾਸ ਨੂੰ ਵਿਚਾਰਨ ਵਾਸਤੇ ਜੁੜਨ ਦਾ ਸੁਭਾਗ ਬਖਸ਼ਿਸ਼ ਕੀਤਾ ਨੇ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਵੀ ਅੱਜ ਵੱਡੇ ਸਾਹਿਬਜ਼ਾਦਿਆਂ ਜੀ ਦਾ ਸ਼ਹੀਦੀ ਦਿਹਾੜਾ, ਸਿੱਖ ਇਤਿਹਾਸ ਦੇ ਵਿੱਚ ਸ਼ਹਾਦਤਾਂ ਦੀ ਇੱਕ ਲੰਮੀ ਦਾਸਤਾਨ ਹੈ, ਪਰ ਦੁਨੀਆ ਦੇ ਇਤਿਹਾਸ ਦੇ ਵਿੱਚ ਮੌਕੇ ਦੇ ਰਹਿਬਰ ਦਾ ਇਸ ਤਰ੍ਹਾਂ ਦਾ ਰੋਲ ਧਰਤੀ 'ਤੇ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕਦੀ ਵੇਖਣ ਨੂੰ ਨਹੀਂ ਮਿਲਿਆ। ਉਹ ਆਪਣੇ ਆਪ ਦੇ ਵਿੱਚ ਸਿਰਫ ਇੱਕੋ ਇੱਕ ਐਸਾ ਸਮਾਂ ਹੈ, ਐਸਾ ਹਸਤਾਖਰ ਹੈ ਜਿਹਦੇ ਤੁਲ ਕਿਸੇ ਹੋਰ ਚੀਜ਼ ਨੂੰ ਅਸੀਂ ਨਾ ਤੋਲ ਸਕਦੇ ਹਾਂ, ਨਾ ਉਹਨੂੰ ਉਹਦੇ ਕੰਪੈਰੀਟਿਵਲੀ ਦੇਖ ਸਕਦੇ ਹਾਂ। ਉੱਥੇ ਰੌਲਾ ਕੀ ਹੈ? ਸੋਚਣ ਵਾਲੀ ਵਿਚਾਰਨ ਵਾਲੀ ਇਹ ਗੱਲ ਹੈ ਵੀ ਵਿੱਚ ਪ੍ਰੋਬਲਮ ਕੀ ਹੈ। ਤੋ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧਰਤੀ ਦੀ ਉਸ ਤੋਂ ਪਹਿਲਾਂ ਵੀ ਔਰ ਉਸ ਤੋਂ ਬਾਅਦ ਵੀ ਵੱਡੀ ਸਮੱਸਿਆ ਸੱਚ ਅਤੇ ਝੂਠ ਦੀ ਰਹਿੰਦੀ ਹੈ। ਹੁਣ ਵੀ ਹੈ, ਪਹਿਲਾਂ ਵੀ ਸੀ, ਭਵਿੱਖ 'ਚ ਵੀ ਰਹੇਗੀ। ਸੱਚ ਅਤੇ ਝੂਠ ਦੇ ਵਿੱਚ ਦੁਆੰਦ ਹਮੇਸ਼ਾ ਬਣਿਆ ਰਹਿੰਦਾ। ਦੋ ਧਿਰਾਂ ਹਮੇਸ਼ਾ ਹੋਣਗੀਆਂ, ਹਰ ਜਗ੍ਹਾ 'ਤੇ ਹੋਣਗੀਆਂ। ਜੇ ਸਾਰੀ ਜਗ੍ਹਾ ਸੱਚੇ ਬੰਦੇ ਹੋਣਗੇ ਫਿਰ ਦੂਜੀ ਧਿਰ ਨਹੀਂ ਹੁੰਦੀ। ਤੋ ਜੇ ਦੂਜੀ ਧਿਰ ਆ, ਇਹਦਾ ਮਤਲਬ ਕਿਤੇ ਨਾ ਕਿਤੇ ਝੂਠ ਇਨਵੋਲਵ ਆ ਵਿੱਚ। ਤੋ ਉਸ ਝੂਠ ਦੇ ਨਾਲ ਫਾਈਟ ਜਿਹੜੀ ਹੈ ਉਹ ਫਿਰ ਸੱਚ ਦੀ ਚੱਲੇਗੀ, ਭਾਵੇਂ ਸੱਚ ਦੀ ਕਮਾਈ ਵਾਲੇ ਜੀ ਹੋਣ, ਭਾਵੇਂ ਖੁਦ ਧਰਤੀ 'ਤੇ ਰੱਬ ਦਾ ਰੂਪ ਕੋਈ ਗੁਰੂ ਹੋਵੇ, ਪੈਗੰਬਰ ਹੋਵੇ, ਕੋਈ ਵੀ, ਤੋ ਚੱਲੂਗੀ। ਉਸ ਸਮੇਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਅਕੋਰਡਿੰਗ ਸੱਚ ਦੀ ਅਗਵਾਈ ਕਰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਅਤੇ ਝੂਠ ਦੀ ਅਗਵਾਈ ਕਰਦੀ ਹੈ ਬਾਦਸ਼ਾਹਤ। ਉਹ ਬਾਦਸ਼ਾਹਤ ਭਾਵੇਂ ਮੁਗਲਈ ਹੋਵੇ, ਭਾਵੇਂ ਉਹ ਹਿੰਦੂ ਰਾਜਿਆਂ ਦੀ ਵੀ ਹੋਵੇ। ਤੋ ਉਹਦੇ ਵਿੱਚ ਉਹ ਦੁਆੰਦ ਜਿਹੜਾ, ਉਹ ਲੜਾਈ ਉਹ ਸੱਚ ਅਤੇ ਝੂਠ ਦੀ ਹੈ ਬਸ। ਜਦੋਂ ਅਸੀਂ ਬਹੁਤ ਵਾਰੀ ਇਹ ਮਨ 'ਚ ਵਿਚਾਰ ਆਉਂਦੀ ਹੈ ਵੀ ਜਦੋਂ ਅਸੀਂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ, ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਜਾਂ ਆਪਣੇ ਇਤਿਹਾਸ ਦੇ ਵਿੱਚੋਂ ਐਵੇਂ ਦੇ ਜਿਹੜੇ ਉਤਸਵ ਮਨਾਉਂਦੇ ਹਾਂ, ਜਿਹੜੇ ਪੁਰਬ ਮਨਾਉਂਦੇ ਹਾਂ, ਉਹਨਾਂ ਦਾ ਸਾਡੀ ਲਾਈਫ ਦੇ ਨਾਲ ਰੈਲੇਵੈਂਸ ਕੀ ਬਣਦਾ ਹੈ? ਵੀ ਸਿਰਫ ਇਹੀ ਵੀ ਅਸੀਂ ਉਹਨੂੰ ਵਿਚਾਰਨਾ ਹੈ ਵੀ ਐਵੇਂ ਹੋਇਆ, ਜਾਂ ਉਹ ਉਹਦੇ ਪ੍ਰਤੀ ਕੋਈ ਅਵੇਅਰਨੈਸ ਸਾਡੇ ਅੰਦਰ ਆਉਣੀ ਲਾਜ਼ਮੀ ਹੈ ਜਿਹੜੀ ਸਾਨੂੰ ਵੀ ਕਿਤੇ ਨਾ ਕਿਤੇ ਤਬਦੀਲ ਕਰੇ ਔਰ ਅਸੀਂ ਉਹਦੇ ਪ੍ਰਤੀ ਉਨਮੁੱਖ ਹੋਈਏ। ਉਨਮੁੱਖ ਹੋਣਾ, ਉਹਦੇ ਵੱਲ ਵੇਖਣਾ, ਬਸ ਉੱਧਰ ਨੂੰ ਬੰਦੇ ਦਾ ਧਿਆਨ ਜਾਏ। ਬੜੀ ਕਮਾਲ ਦੀ ਗੱਲ ਆ, ਹਕੀਮ ਅੱਲਾ ਯਾਰ ਖਾਂ ਜੋਗੀ ਜੀ ਨੇ ਲਿਖੀ। ਬੇਸਿਕਲੀ ਮੁਸਲਮਾਨ ਨੇ ਉਹ, ਫਕੀਰ ਨੇ, ਫਕੀਰ ਦੀ ਕੋਈ ਜਾਤ ਨਹੀਂ ਹੁੰਦੀ।
ਫਕੀਰ ਹਮੇਸ਼ਾ ਸੱਚ ਦੇ ਹੱਕ 'ਚ ਬੋਲਦਾ। ਬਸ ਸੱਚੇ ਬੰਦੇ ਦੀ ਪਹਿਚਾਣ ਇਹ ਹੁੰਦੀ ਹੈ ਵੀ ਉਹ ਸੱਚ ਦੇ ਹੱਕ 'ਚ ਬੋਲੂਗਾ। ਫਕੀਰ ਉਹ ਪੁਰਖ ਹੁੰਦਾ ਜਿਹਨੇ ਸੱਚ ਦੀ ਕਮਾਈ ਕਰਕੇ ਉੱਥੋਂ ਤੱਕ ਪਹੁੰਚ ਗਿਆ ਹੁੰਦਾ। ਜਿਹੜੀ ਗੱਲ ਮਹਾਰਾਜ ਕਹਿੰਦੇ ਨੇ ਨਾ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਵੀ ਰੱਬ ਤੱਕ ਜਾਣਾ ਹੈ, ਪ੍ਰੇਮ ਦਾ ਮਾਰਗ ਆ। ਜੇ ਤੇਰੇ ਮਨ 'ਚੋਂ ਚਾਹ ਪੈਦਾ ਹੋ ਗਿਆ, ਸਿਰ ਧਰ ਤਲੀ ਗਲੀ ਮੇਰੀ ਆਓ, ਉੱਥੇ ਝੂਠ ਦੇ ਨਾਲ ਤੁਹਾਡੀ ਸਿੱਧੀ ਫਾਈਟ ਹੋਏਗੀ। ਇਸ ਕਰਕੇ ਆਪਣੀ ਕਿਸੇ ਵੀ ਕਿਸਮ ਦੀ ਕਮਜ਼ੋਰੀ ਆਪਣੇ ਨਾਲ ਲੈ ਕੇ ਨਾ ਆਇਓ ਵੀ ਕਿਤੇ ਤੁਸੀਂ ਕੰਪਰੋਮਾਈਜ਼ ਕਰ ਲਓ। ਸੂਰਾ ਸੋ ਪਹਿਚਾਣੀਐ ਜੋ ਲਰੈ ਦੀਨ ਕੇ ਹੇਤ। ਦੀਨ ਹੁੰਦਾ ਹਕੀਕਤ, ਸੱਚ, ਖਲਕਤ ਦੇ ਅੰਦਰ ਜਿਹੜਾ ਮਰਮ ਪਿਆ ਹੁੰਦਾ, ਜਿਹੜੇ ਉਹ ਤਰਸ ਜਿਹਾ ਹੁੰਦਾ ਨਾ, ਜਿੰਨੇ ਵੀ ਖਲਕਤ ਦੇ ਵਿੱਚ ਜਿਹੜਾ ਤਰਸ ਮੌਜੂਦ ਆ, ਉਹ ਦੀਨਤਾਈ ਦਾ ਪ੍ਰਤੀਕ ਹੁੰਦਾ। ਤੋ ਸੂਰਮਾ ਉਹ ਆ ਜਿਹੜਾ ਉਹਨਾਂ ਵਾਸਤੇ ਖੜ ਗਿਆ। ਅਤੇ ਖੜ ਹੋ ਸਕਦਾ ਜਿਹਨੇ ਪਹਿਲਾਂ ਪ੍ਰੇਮ ਦੀ ਗੇਮ ਜਿਹੜੀ ਆ ਉਹ ਗੁਰੂ ਦੇ ਹੁਕਮ ਦੇ ਵਿੱਚ ਖੇਡੀ ਹੋਵੇ, ਉਹਨੂੰ ਹਾਸਿਲ ਕੀਤਾ ਹੋਵੇ ਉਸ ਪ੍ਰੇਮ ਨੂੰ। ਬਾਬਾ ਕਬੀਰ ਜੀ ਦੇ ਬੋਲ ਨੇ, ਜੋ ਕਬੀਰ ਜੋ ਜਾਣੋ ਤਾਂ ਦੁਰਮਤ ਹਨ, ਕਰ ਬਸ ਕਾਇਆ ਗਾਓ, ਰਣ ਰੁੱਤੋ ਭਾਜੈ ਨਹੀਂ ਸੂਰੋ ਥਾਰੋ ਨਾਉ। ਵੀ ਸੂਰਮਾ ਉਹ ਹੈ ਜਿਹਨੇ ਪਹਿਲਾਂ ਆਪਣੇ ਆਪ ਨੂੰ ਜਿੱਤਿਆ ਹੋਇਆ। ਆਪਣੇ ਆਪ ਨੂੰ ਜਿੱਤਣ ਵਾਲਾ ਬੰਦਾ ਕੰਪਰੋਮਾਈਜ਼ ਨਹੀਂ ਕਰਦਾ ਹੁੰਦਾ, ਸੂਰਮਤਾਈ ਕੰਪਰੋਮਾਈਜ਼ ਨਹੀਂ ਹੈਗੀ, ਉਹਦੇ 'ਚ ਹੈ ਹੀ ਨਹੀਂ। ਤੋ ਕੰਪਰੋਮਾਈਜ਼ ਦਾ ਮਤਲਬ ਝੂਠ ਅਤੇ ਸੱਚ ਦੇ ਦੁਬੰਧ ਦੇ ਵਿੱਚ ਬੰਦਾ ਕਿਤੇ ਨਾ ਕਿਤੇ ਕਿਸੇ ਇੱਕ ਧਿਰ ਦੇ ਨਾਲ ਆਪਣੀ ਸਾਂਝ ਬਣਾਉਂਦਾ। ਜਦੋਂ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦੇ ਨੇ ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ, ਹੱਕ ਕਹਿੰਦੇ ਨੇ ਸੱਚ ਨੂੰ, ਹਕੀਕਤ ਨੂੰ, ਯਾਨੀ ਰੱਬ ਨੂੰ, ਅੱਲਾ ਨੂੰ। ਭਾਈ ਨੰਦ ਲਾਲ ਜੀ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੱਕ ਦਾ ਸੱਚ ਦਾ ਮੁਜੱਸਮਾ ਨੇ। ਮੁਜੱਸਮਾ ਜਿੱਥੋਂ ਸੱਚ ਪੈਦਾ ਹੁੰਦਾ, ਪਰ ਉਹ ਉਹਨਾਂ ਦਾ ਜਿਹੜਾ ਉਪਦੇਸ਼ ਹੋਊਗਾ ਯਕੀਨਨ ਓਨਾ ਹੀ ਨਿਰਮਲ ਅਤੇ ਓਨਾ ਹੀ ਪਿਓਰ ਹੋਊਗਾ, ਅਤੇ ਉਹਦੇ ਉੱਤੇ ਨਿਤਰਨ ਵਾਲੇ ਵੀ ਓਨੇ ਹੀ ਨਿਰਮਲ ਅਤੇ ਪਿਓਰ ਹੋਣਗੇ, ਦੂਜਾ ਕੋਈ ਨਹੀਂ ਉੱਥੇ ਖੜ ਸਕਦਾ। ਇਸ ਕਰਕੇ ਜਦੋਂ ਹਕੀਮ ਜੀ ਲਿਖਦੇ ਨੇ, ਜੋਗੀ ਜੀ, ਬਸ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ। ਬੜੀ ਕਮਾਲ ਹੈ, ਨਿਰਣਾ ਕਰ ਦਿੱਤਾ ਉਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੜਾਈ ਕਿਸੇ ਖਿੱਤੇ ਵਾਸਤੇ ਨਹੀਂ, ਕਿਸੇ ਕੌਮ ਵਾਸਤੇ ਨਹੀਂ ਹੈਗੀ। ਮੈਂ ਸਿੱਖਾਂ ਵਾਸਤੇ ਲੜਨ ਦਿਆਂ ਜਾਂ ਮੈਂ ਹਿੰਦੂਆਂ ਵਾਸਤੇ ਲੜਨ ਦਿਆਂ, ਸੱਚ ਵਾਸਤੇ ਲੜਨ ਦੇ। ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ, ਖੁਦਾ ਮੀਨਸ ਸੱਚ, ਰੱਬ, ਹੱਕ, ਹੱਕ ਸੱਚ ਹੈ ਨਾ। ਤੋ ਉੱਥੇ ਲੜਾਈ ਖੁਦਾ ਦੇ ਵਾਸਤੇ ਚੱਲ ਰਹੀ ਹੈ ਵੀ ਰੱਬ ਦੇ ਹੱਕ 'ਚ ਲੜਿਆ ਇੱਕ ਸੱਚੇ ਪਾਤਸ਼ਾਹ ਆਪ ਅਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਿੱਖ ਜਾਂ ਉਹਨਾਂ ਦੇ ਬੱਚੇ ਨੇ। ਚਮਕ ਹੈ ਮਹਰ ਕੀ ਚਮਕੌਰ ਤੇਰੇ ਜ਼ਰੇ ਮੇ, ਯਹੀਂ ਸੇ ਬਨ ਕੇ ਸਿਤਾਰੇ ਗਏ ਆਸਮਾਂ ਕੇ ਲੀਏ। ਉਹ ਬੜੀ ਕਮਾਲ ਕਹਿੰਦੇ ਨੇ, ਕਹਿੰਦੇ ਨੇ ਵੀ ਜਿਹੜੀ ਚਮਕੌਰ ਦੀ ਧਰਤੀ ਦਾ ਜ਼ਰਾ ਜ਼ਰਾ ਹੈ ਨਾ, ਉਹਦੇ ਵਿੱਚ ਇੰਨੀ ਤਾਬ ਹੈ ਵੀ ਜਿਵੇਂ ਸੂਰਜ ਦੀਆਂ ਕਿਰਨਾਂ 'ਚ ਹੁੰਦੀ ਹੈ। ਸੂਰਜ ਦੀਆਂ ਕਿੰਨੀਆਂ ਕਿਰਨਾਂ ਜਿਹੜੀਆਂ ਨੇ ਉਹ ਬਿਲਕੁਲ ਪਿਓਰ ਹੁੰਦੀਆਂ ਨੇ, ਉਹਨਾਂ 'ਚ ਕੋਈ ਮੈਲ ਨਹੀਂ ਹੁੰਦੀ। ਜੇ ਉਹ ਮੈਲ ਦੇ ਉੱਤੇ ਵੀ ਪੈਣ ਤਾਂ ਵੀ ਉਹ ਨਿਰਮਲ ਹੀ ਰਹਿੰਦੀਆਂ ਨੇ। ਜੇ ਗੰਦੇ ਪਾਣੀ ਦੇ ਉੱਤੇ ਸੂਰਜ ਦੀਆਂ ਕਿਰਨਾਂ ਪੈਣਗੀਆਂ ਤਾਂ ਕਿਰਨਾਂ ਮੈਲੀਆਂ ਨਹੀਂ ਹੁੰਦੀਆਂ, ਜੇ ਗੰਦ ਦੇ ਉੱਤੇ ਪੈਣਗੀਆਂ ਤਾਂ ਕਿਰਨਾਂ ਮੈਲੀਆਂ ਨਹੀਂ ਹੁੰਦੀਆਂ। ਇਸ ਕਰਕੇ ਉਹ ਕਹਿੰਦੇ ਨੇ ਵੀ ਉਹ ਇਸ਼ਾਰਾ ਇਸ ਪਾਸੇ ਕਰਦੇ ਨੇ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੱਕਰਾ ਗੰਜੂਰ ਨੇ, ਉਹਨਾਂ ਦੀ ਸੰਗਤ 'ਚ ਰਹਿਣ ਵਾਲਾ ਹਰ ਸਿੱਖ ਅਤੇ ਉਹਨਾਂ ਦੇ ਖੁਦ ਬੱਚੇ ਵੀ ਜਿਹੜੇ ਨੇ ਉਹ ਇੰਨੇ ਨਿਰਮਲ ਆਤਮਾਵਾਂ ਨੇ, ਉਹਨਾਂ 'ਤੇ ਕਿਸੇ ਕਿਸਮ ਦੀ ਮੈਲ ਦਾ ਕੋਈ ਅਸਰ ਨਹੀਂ ਹੁੰਦਾ, ਇੰਨੀਆਂ ਨਿਰਮਲ ਨੇ ਉਹ। ਔਰ ਉਹ ਕਹਿੰਦੇ ਨੇ ਵੀ ਜਿਹੜੇ ਆਕਾਸ਼ ਦੇ ਵਿੱਚ ਹੁਣ ਤਾਰੇ ਚਮਕਦੇ ਤੁਸੀਂ ਵੇਖਦੇ ਹੋ, ਉਹਨਾਂ ਦੀ ਚਮਕ ਵੀ ਜਿਵੇਂ ਨਿਰਮਲਤਾ ਦੇ ਰੂਪ ਦੇ ਵਿੱਚ, ਉਹ ਸਮਝੋ ਉਹੀ ਨੇ ਜਿਹੜੇ ਉੱਥੇ ਗੁਰੂ ਦੇ ਨਾਲ ਨਿਭੇ, ਹੁਣ ਆਕਾਸ਼ 'ਚ ਤਾਰਿਆਂ ਵਾਂਗੂ ਚਮਕਦੇ ਪਏ ਨੇ।
मज़ार गंजे शहीदा है उन शहीदों का, फरिश्ते जिनकी तरसते ते खाके खाक के लिए। फरिश्ता हो जाना इस्लाम दे विच बहुत वड्डी गल मन्नी जाती है भी कोई फरिश्ता हो गया। फरिश्ता हो जाना मतलब निर्मल रूह होगी। योगी जी कहते हैं भी जेडे गुरु नानक गुरु गोबिंद सिंह महाराज सच्चे पातशाह जी दे नाल उस चमकौर की गढ़ी दे विच हक ते सच वास्ते लड़े, फरिश्ते उन्हां दे चरणां दी धूड़ नूं लोचदे ने भी सानू किते वह मिल जाए। ये जदों वह कंपैरेटिवली दसन दे ने वह सानू, इहदा मतलब ही उन्हां दा जिहड़ा एम सी वह इन्ना निर्मल ते इन्ना उच्चा है जिन्ना फरिश्तियां दा भी नहीं हुंदा। उठाए आँखों से आकर यहाँ की मिट्टी को, जो खाक छानते फिरते हैं कीमिया के लिए। बड़ी कमाल दी गल है। कहिंदा भी जिहड़ा अमृत लभदे फिरदे ने ना, आबे हयात जिहड़े बंदे दी चाहत आ भी मिल जे ते मैं अमर हो जा, अपना सिर आके कहिंदे ने चमकौर दी धरती ते रख दिओ, आबे हयात मिल जूगा। भी ये किवें हो सकदा है, सानू अतकथ नहीं जी लगदी है ना। पर फकीर नूं ये इलम हुंदा, रब्बे प्रेम च रत्तड़ियां रूहां इत्थों तक पहुंचियां हुंदियां ने। साध संगत जी यकीन नाल इस गल नूं अपने ध्यान च लैणा, जदों कोई कमाई वाला पुरख किसी धरती ते जाके सल्यूट करदा ना, कमाई वाला मीनस ओनी डेडिकेशन दे नाल, जे एक सिख वह भावें हरिमंदर साहब जाए, भावें आनंदपुर साहब जाए, भावें चमकौर साहब जाए, जिदन वो अंदर वह निर्मलता के भाव से गुरु के प्रति प्रेम का अथाह प्रवाह होगा और उत्थे जाके उस सिर रख देगा, उस धरती तो उन्होंने सिर चुकन की दोबारे लोड़ नहीं पैनी, वो दी गुरु की गोद च ही होगा। एक गल ध्यान च आ गई, कुदरती यूनिवर्सिटी हैड ऑफ द डिपार्टमेंट को बैठे से है ना, तो उत्थे एक बच्चे ने टीचर के नाल गल्लां करते करते उन्हें कहता भी जदों मैं पहली बारी आनंदपुर साहब जाण दा मेरे मन च ख्याल आया, जवानी की उम्र पहला कभी पता नहीं भी आनंदपुर की आ, जदों सूझ आई पता लगा तो कहन लगा, मेरे मन च आया जिवें ही मैं आनंदपुर साहब जी की धरती ते कदम रखा बस उत्थे ही मेरा मत्था उस धरती नूं चुम लवे। हैड ऑफ द डिपार्टमेंट और डॉक्टर साहब जिहड़े सिख फिलासफी के माहिर सन वो कह लगे, रहन दे एवें फकीर वाली गल्लां नहीं करी दियां, हस के आंदे ने। तो इहदा मतलब है भी गुरु दी उन्होंने कहण का मतलब सी, उन्होंने मखौल नहीं किया, उन्हें बड़ी सहजता के विचों उन्होंने लफज गए भी एवें दी इंटेंशन सिर्फ फकीर की हो सकती है, आम इंसान की नहीं होंदी हुंदी। असी तो उत्थे जाके दरबार लभदे हाँ, दरबार किते उत्थे जाके मत्था टेकना है, जदों धरती दे जर्रे जर्रे दे विच ओ हकीकत मौजूद आ जिथे साडा गुरु सानू जिंदगी बख्शता है, फिर उहदे विच असी जे फर्क करदे हाँ इहदा मतलब हाले असी इंसानी पद्धर ते किते जी रहे हाँ, उत्थों दी आबो हया दे विच ही आबो हवा जिहड़ी है उहदे विच ही उत्थों दे टोटल एनवायरमेंट दे विच ही इन्नी निर्मलता ही आ भी तुसीं जिन्ने नेड़े दे एक्सपीरियंस च होवोगे तुहाडा शरीर तुहाडी चेतना तुहाडी रूह उन्नी उत्थे ओह अपने आप ही झुक जूगी। ये सिर्फ इतों तक फकीर जाता है। जदों ये कहिंदे ने ना भी जिहड़े आबे हयात लभदे फिरदे ने ओह जाके उस धरती ते सिजदा करन। साडा सारिआं दा एक्सपीरियंस होना, आपां कई वारी गए कदी उत्थे जाके कुछ एवें दा फील हुंदा है, बहुत घट चांस ने, जे हुंदा भी होगा एक दो सकिंट हुंदा, नहीं ते नहीं बस कहानी खत्म, असी कुछ होर ही लभदे हुंदे आ। इहदा मतलब उस हकीकत दे हाले नेड़े नहीं हैगे असी। बंदा जदों हकीकत दे नेड़े हुंदा है उदों उहदे वास्ते उह हर चीज़ जिहड़ी आ सिजदे लायक हो जाती है और उहदी रूह नूं सुकून देंदी है जिहड़ी उहदे महबूब दे नाल किसी भी रूप दे नाल जुड़ी होवे। इतिहास जिवें दसदा सानू दो धिरां ने उदों जिहड़ियां झूठ दियां पैरोकार ने, एक ने हिंदूइज़म दे विच्चों, एक उन्हां दा तबका उन्हां दा धड़ा, दूजा बादशाहत जिन्हां कोल मुगलां दा। दोनों ने गुरु साहिब जी नूं
ਆਪਣਾ ਸੁਨੇਹਾ ਭੇਜਿਆ ਆਪਣੇ ਖਾਸ ਬੰਦਿਆਂ ਰਾਹੀਂ। ਪਹਿਲਿਆਂ ਨੇ ਪੰਡਿਤ ਪਰਮਾਨੰਦ ਦੇ ਰਾਹੀਂ ਇਹ ਸੁਨੇਹਾ ਭੇਜਿਆ, ਸੱਚੇ ਪਾਤਸ਼ਾਹ ਸਾਡੀ ਇੱਜ਼ਤ ਦਾ ਸਵਾਲ ਬਣ ਗਿਆ, ਹੁਣ ਹਕੂਮਤ ਦੀ ਇੱਜ਼ਤ ਦਾ ਵੀ ਸਵਾਲ ਆ, ਤੁਸੀਂ ਕਿਰਪਾ ਕਰਕੇ ਕਿਲ੍ਹਾ ਛੱਡ ਦਿਓ, ਨਾ ਤੁਹਾਨੂੰ ਹਕੂਮਤ ਕੁਝ ਕਹੇਗੀ ਨਾ ਪਹਾੜੀ ਰਾਜੇ। ਮਹਾਰਾਜ ਉਹਨਾਂ 'ਤੇ ਯਕੀਨ ਨਹੀਂ ਕਰਦੇ। ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਆਪਾਂ ਨੂੰ ਗੱਲ ਮੰਨ ਲੈਣੀ ਚਾਹੀਦੀ। ਇਤਿਹਾਸਕਾਰ ਵੀ ਲਿਖਦੇ ਨੇ ਵੀ ਮਾਤਾ ਗੁਜਰ ਕੌਰ ਜੀ ਨੇ ਵੀ ਹਾਮੀ ਭਰੀ ਵੀ ਚਲੋ ਕੋਈ ਨਹੀਂ, ਤੁਸੀਂ ਮੰਨਣੀ ਚਾਹੀਦੀ ਗੱਲ। ਸਾਹਿਬ ਕਹਿੰਦੇ ਨੇ ਯਕੀਨ ਨਹੀਂ ਤੇ ਤੁਹਾਨੂੰ ਡੈਮੋ ਦੇ ਦਿੰਦੇ। ਸੱਚੇ ਪਾਤਸ਼ਾਹ ਜੀ ਨੇ, ਜਿਵੇਂ ਅਸੀਂ ਇਤਿਹਾਸ 'ਚ ਦੇਖਦੇ ਹਾਂ ਵੀ ਉਹਨਾਂ ਨੇ ਗੱਡੇ ਭਰ ਕੇ ਉਹ ਕਬਾੜ ਦੇ ਭੇਜੇ ਅਤੇ ਰਾਹ 'ਚ ਹਮਲਾ ਹੋ ਗਿਆ, ਤਾਂ ਸਾਹਿਬ ਕਹਿੰਦੇ ਨੇ ਵੀ ਇਹਨਾਂ ਦਾ ਯਕੀਨ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਗਊ ਦੀ ਕਸਮ ਖਾਧੀ, ਅੱਜ ਵੀ ਰੌਲਾ ਉੱਥੋਂ ਦੀ ਧਰਤੀ 'ਤੇ ਗਊ ਦਾ ਹੀ ਚੱਲਣ ਦਿਆ। ਉਸ ਸਮੇਂ ਵੀ ਉਹੀ ਆ, ਕਮਾਲ ਆ, ਵੇਖੋ ਸਾਧ ਸੰਗਤ ਜੀ ਆਹ ਗੱਲ ਧਿਆਨ 'ਚ ਦੇਣ ਵਾਲੀ ਰੱਖਣ ਵਾਲੀ ਆ। ਬਸ ਵੀ ਰੌਲਾ ਝੂਠ ਤੇ ਸੱਚ ਦਾ ਹੀ ਹੈ, ਸੱਚ ਦਾ ਝੂਠ ਦਾ ਰੌਲਾ ਹਮੇਸ਼ਾ ਚੱਲਦਾ ਰਹੂਗਾ। ਹਰ ਝੂਠਾ ਬੰਦਾ ਆਪਣੀ ਡਿਫੈਂਸ ਦੇ ਵਿੱਚ ਕੋਈ ਨਾ ਕੋਈ ਸੱਚ ਲੈ ਕੇ ਤੁਰਿਆ ਫਿਰਦਾ। ਹਰ ਝੂਠਾ ਬੰਦਾ ਆਪਣੀ ਡਿਫੈਂਸ 'ਚ ਕੋਈ ਨਾ ਕੋਈ ਸੱਚ ਲੈ ਕੇ ਤੁਰਿਆ ਫਿਰਦਾ, ਔਰ ਉਹ ਸੱਚ ਬਹੁਤ ਛੋਟਾ ਸੱਚ ਆ ਉਹਦੇ ਅੰਦਰ ਬੈਠੇ ਝੂਠ ਦੇ ਮੁਕਾਬਲੇ 'ਚ। ਜਦੋਂ ਸਾਡੇ ਅੰਦਰ ਜਿਹੜੀ ਕਮਜ਼ੋਰੀ ਆ ਉਹਦੇ ਮੁਕਾਬਲੇ 'ਚ ਸੱਚ ਵੱਡਾ ਹੋਵੇ, ਬੰਦਾ ਕੰਪਰੋਮਾਈਜ਼ ਨਹੀਂ ਕਰਦਾ ਹੁੰਦਾ। ਜਦੋਂ ਸਾਡੇ ਅੰਦਰ ਦੀ ਕਮਜ਼ੋਰੀ ਬਲਵਾਨ ਹੋਵੇ ਅਤੇ ਅਸੀਂ ਕੋਈ ਛੋਟਾ ਸੱਚ ਲੈ ਕੇ ਬੈਠੇ ਹੋਈਏ, ਬੰਦਾ ਹਰ ਸਮੇਂ ਕੰਪਰੋਮਾਈਜ਼ ਕਰਦਾ। ਤਾਂ ਮਹਾਰਾਜ ਨੇ ਸਾਨੂੰ ਉਹ ਤਾਂ ਗੱਲ ਸਿਖਾਈ ਨਹੀਂ, ਔਖੀ ਬੜੀ ਹੈ। ਨਾਨਕ ਕਥਨਾ ਕਰੜਾ ਸਾਰ। ਤੋ ਖੈਰ, ਦੂਸਰਾ ਸੀ, ਔਰੰਗਜ਼ੇਬ ਨੇ ਸੈਯਦ ਵਲੀ ਹਸਨ ਰਾਹੀਂ ਇਹ ਸੁਨੇਹਾ ਭੇਜਿਆ ਵੀ ਮਹਾਰਾਜ ਤੁਸੀਂ ਕਿਲ੍ਹਾ ਛੱਡੋ, ਵੀ ਸਾਡੀ ਇੱਜ਼ਤ ਦਾ ਸਵਾਲ ਬਣਿਆ। ਇੱਕ ਪਾਸੇ ਹਕੂਮਤ ਹੈ, ਇੱਕ ਪਾਸੇ ਤੁਸੀਂ ਅੜੇ ਖਲੇ ਹੋ, ਗੱਲ ਜਗ੍ਹਾ ਜਗ੍ਹਾ ਪਹੁੰਚ ਗਈ ਵੀ ਕਿਲ੍ਹਾ ਤਾਂ ਤੁਹਾਨੂੰ ਛੱਡਣਾ ਪਊਗਾ ਕਿਸੇ ਵੀ ਕੀਮਤ 'ਤੇ, ਅਤੇ ਤੁਸੀਂ ਛੱਡੋ। ਤੋ ਖੈਰ, ਫੈਸਲਾ ਹੋ ਗਿਆ ਵੀ ਛੱਡ ਦਿੱਤਾ ਜਾਏ। ਅਸੀਂ ਸਾਰੇ ਜਾਣਦੇ ਹਾਂ ਵੀ ਕਿਲ੍ਹਾ ਛੱਡਿਆ ਗਿਆ, ਰਾਹ 'ਚ ਲੜਾਈ ਹੋਈ, ਸਰਸਾ ਦੇ ਕੰਢੇ ਮਹਾਰਾਜ ਜੀ ਦਾ ਪਰਿਵਾਰ ਵਿਛੋੜਾ ਹੋ ਗਿਆ, ਦੋ ਸਾਹਿਬਜ਼ਾਦੇ ਸੱਚੇ ਪਾਤਸ਼ਾਹ ਜੀ ਦੇ ਨਾਲ, ਦੋ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ, ਕੁਝ ਸਿੰਘ ਕਿਰਪਾਲੂ ਪਾਤਸ਼ਾਹ ਜੀ ਦੇ ਨਾਲ ਚਮਕੌਰ ਦੀ ਗੜੀ 'ਚ ਪਹੁੰਚੇ। ਜਿਹੜੀ ਗੱਲ ਗੁਰੂ ਸਾਹਿਬ ਜੀ ਨੇ ਸਾਨੂੰ ਦੱਸੀ, ਪਹਿਲਾਂ ਸਿੰਘਾਂ ਨੂੰ ਕਿਹਾ ਵੀ ਇਸ ਤਰ੍ਹਾਂ ਕਰਨਗੇ, ਉਸੇ ਗੱਲ ਨੂੰ ਜੋਗੀ ਜੀ ਨੇ ਆਪਣੇ ਗਵਾਹੀ ਦੇ ਨਾਲ ਪੇਸ਼ ਕੀਤਾ ਵੀ ਉਹਨਾਂ ਨੇ ਕੀਤਾ ਐਵੇਂ। ਦੋਖਾ ਦੀਆ ਹਰ ਸਿੰਘ ਕੋ ਪੈਮਾ ਸ਼ਿਕਨੋ ਨੇ, ਪੈਮਾ ਸ਼ਿਕਨ ਹੁੰਦੇ ਨੇ ਜਿਹੜਾ ਬੰਦਾ ਵਚਨ ਕਰੇ ਉਹਦੇ ਤੋਂ ਮੁੱਕਰ ਜਾਏ, ਇੱਥੇ ਤੁਹਾਡੇ ਮੂੰਹ 'ਤੇ ਕੁਝ ਕਹਿ ਕੇ ਜਾਏ ਦੂਜਿਆਂ ਦੀ ਸੱਥ 'ਚ ਜਾ ਕੇ ਮੁੱਕਰ ਜਾਏ। ਬੇ ਮਿਹਰੋ ਨੇ ਬੇ ਧਰਮੋ ਨੇ ਇਮਾ ਸ਼ਿਕਨੋ ਨੇ, ਜਿਨ੍ਹਾਂ ਦਾ ਕੋਈ ਧਰਮ ਨਹੀਂ, ਐਵੇਂ ਉਹ ਬੰਦਾ ਕਰਦਾ ਜਿਹਦਾ ਕੋਈ ਧਰਮ ਨਹੀਂ ਹੁੰਦਾ, ਜਿਹਦੇ ਅੰਦਰ ਇਮਾਨ ਦਾ ਇੱਕ ਕਿਨਕਾ ਨਹੀਂ ਹੁੰਦਾ, ਜਿਹੜਾ ਬਿਲਕੁਲ ਝੂਠਾ ਹੋਵੇ ਉਹ ਇਸ ਤਰ੍ਹਾਂ ਹੀ ਕਰੇਗਾ, ਤੁਹਾਡੇ ਮੂੰਹ 'ਤੇ ਕੁਝ ਕਹਿ ਜਾਏਗਾ ਦੂਜਿਆਂ ਕੋਲ ਜਾ ਕੇ ਕੁਝ। ਤੋ ਜੋਗੀ ਜੀ ਕਹਿੰਦੇ ਨੇ ਦੋਨਾਂ ਹੀ ਧਿਰਾਂ ਨੇ, ਕਿਉਂਕਿ ਝੂਠੀਆਂ ਸਨ, ਉਹਨਾਂ ਦੋਨਾਂ ਨੇ ਹੀ ਧੋਖਾ ਕੀਤਾ ਔਰ ਆਪਣਾ ਵਾਅਦਾ ਤੋੜ ਦਿੱਤਾ। ਔਰ ਉਸ ਵਾਅਦੇ ਤੋੜਨ ਦੇ ਨਾਲ ਹੋਇਆ ਕਿ ਤਿਆਰੀ ਹੋ ਗਈ ਵੀ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਨੂੰ, ਉਹਦੇ ਬੱਚਿਆਂ ਨੂੰ ਅਤੇ ਇਹਨਾਂ ਸਿੰਘਾਂ ਨੂੰ ਖਤਮ ਕਰ ਦਿੱਤਾ ਜਾਏ, ਕੁਝ ਵੀ ਹੀਲਾ ਕੀਤਾ ਜਾਏ। ਔਰ ਇੱਕ ਕਮਾਲ ਆ ਜਿਹੜਾ ਇਤਿਹਾਸ ਸਾਡਾ ਲਿਖਦਾ ਵੀ ਟੋਟਲ ਉਦੋਂ ਦੀ ਫੌਜ ਜਿਹੜੀ ਆ ਦੋਨਾਂ ਧਿਰਾਂ ਦੀ, ਇੱਕ ਮੌਕੇ ਦੀ ਸਰਕਾਰ ਦੀ, ਇੱਕ ਜਿਹੜੀ ਮੌਕੇ ਦੀ ਸਰਕਾਰ ਦੀ ਹਿਮਾਇਤ 'ਚ ਲੋਕ ਨੇ ਜਿਵੇਂ ਪਹਾੜੀ ਜਾਂ ਹਿੰਦੂ ਰਾਜੇ, ਉਹਨਾਂ ਸਾਰਿਆਂ ਨੇ ਆਪਣੀ ਸਾਰੀ ਪਾਵਰ ਗੁਰੂ ਦੇ ਪਿੱਛੇ ਲਾਈ, ਸਾਰੀ ਟੋਟਲ। ਔਰ ਸਾਡੇ ਕੋਲ ਉਹਦੇ ਅੰਕੜੇ ਨੇ ਵੀ 10 ਲੱਖ ਜਿਹੜੇ ਨੇ ਫੌਜੀ ਉਹ ਚਮਕੌਰ ਨੂੰ, ਚਮਕੌਰ ਦੀ ਗੜੀ ਨੂੰ ਘੇਰਾ ਪਾਈ ਬੈਠੇ ਨੇ।
ਜੋਗੀ ਜੀ ਕਹਿੰਦੇ ਨੇ ਵੀ ਇਸ ਗੱਲ 'ਤੇ ਮਨ 'ਚ ਕੋਈ ਮਲਾਲ ਨਹੀਂ ਵੀ ਇੰਨਾ ਕੁਝ ਚੱਲਦਾ ਹੁੰਦਾ, ਪਰ ਕਹਿੰਦੇ ਨੇ ਵੀ ਫਿਰ ਵੀ ਮੈਂ ਤਵੱਜੋ ਜ਼ਰੂਰ ਦਿਵਾਉਣੀ ਚਾਹੁੰਦਾ, ਵੀ ਮੈਂ ਦੱਸਣਾ ਚਾਹੁੰਦਾ ਵੀ ਐਵੇਂ ਹੋਇਆ ਹੈ। ਗਿਲਾ ਨਹੀਂ ਤੋ ਤਵੱਜੋ ਦਿਲਾਉਣਾ ਚਾਹਤਾ ਹੂੰ, ਅਪੀਲ ਕਰਤਾ ਹੂੰ ਸਿੰਘੋ ਕੀ ਕਰਬੁਲਾ ਕੇ ਲੀਏ, ਵੀ ਮੈਂ ਆਉਣ ਵਾਲੀਆਂ ਨਸਲਾਂ ਦੇ ਦਿਲ ਦੇ ਵਿੱਚ ਇਹ ਗੱਲ ਪਾਣੀ ਚਾਹੁੰਦਾ ਵੀ ਤੁਸੀਂ ਕਿਤੇ ਹਕੀਕਤ ਦੇ ਦਰਸ਼ਨ ਕਰਨੇ ਹੋਣ, ਕਿਤੇ ਸੱਚ ਵਾਸਤੇ ਜਿਹੜੇ ਜੂਝੇ ਹੋਏ ਜੀ ਨੇ ਉਹਨਾਂ ਦੇ ਉਸ ਅਸਥਾਨ ਨੂੰ ਸਿਜਦਾ ਕਰਨਾ ਹੋਵੇ ਜਿੱਥੇ ਉਹਨਾਂ ਨੇ ਆਪਣਾ ਆਪਾ ਵਾਰਿਆ, ਤਾਂ ਤੁਸੀਂ ਸਿੱਧਾ ਚਮਕੌਰ ਜਾਇਓ, ਬਸ ਦੁਨੀਆ 'ਤੇ ਹੋਰ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ। ਕਰਬਲਾ ਇੱਕ ਸਥਾਨ ਆ ਜਿੱਥੇ ਮੁਹੰਮਦ ਸਾਹਿਬ ਦੇ ਬਹੁਤ ਅਜੀਜ਼ ਸ਼ਹੀਦ ਹੋਏ ਉਸ ਜੰਗ ਦੇ ਵਿੱਚ ਉਹਨਾਂ ਦੇ। ਤੁਸੀਂ ਇੱਕ ਦੇਖਦੇ ਹੁੰਦੇ ਹੋ ਮੁਹਰਮ ਦਾ ਮਹੀਨਾ ਮਨਾਉਂਦੇ ਨੇ ਇਸਲਾਮ ਦੇ ਵਿੱਚ, ਉਹ ਆਪਣੇ ਸਰੀਰਾਂ ਦੇ ਉੱਤੇ ਨਾ ਸੰਗਲ ਮਾਰ ਮਾਰ ਕੇ ਛਿੱਲ ਦਿੰਦੇ ਨੇ, ਲਹੂ ਕੱਢਦੇ ਨੇ ਔਰ ਉਹ ਪਿੱਟਦੇ ਨੇ ਇੱਕ ਹਿਸਾਬ ਦੇ। ਉਹ ਅਫਸੋਸ 'ਚ ਉਹਨਾਂ ਦਾ ਉਹ ਮਹੀਨਾ ਉਹਨਾਂ ਦਾ ਅਫਸੋਸ 'ਚ ਹੁੰਦਾ, ਔਰ ਅਫਸੋਸ ਇਸ ਗੱਲ ਦਾ ਵੀ ਉਦੋਂ ਉਹਨਾਂ ਦੇ ਨਾਲ ਉਸ ਉਹਨਾਂ ਦੇ ਅਜੀਜ਼ ਸ਼ਹੀਦ ਹੋ ਗਏ। ਤੁਸੀਂ ਸਿੱਖਿਜ਼ਮ ਦੇ ਵਿੱਚ ਕਿਤੇ ਸ਼ਹਾਦਤ ਨੂੰ ਅਫਸੋਸ 'ਚ ਮਨਾਉਂਦਿਆਂ ਨਹੀਂ ਦੇਖੋਗੇ, ਕਿਉਂਕਿ ਸ਼ਹੀਦੀ ਜਸ਼ਨ ਹੁੰਦਾ, ਅਫਸੋਸ ਨਹੀਂ। ਤੋ ਜਿਹੜੇ ਹਾਲੇ ਅਫਸੋਸ 'ਚ ਜਿਉਣ ਦੀ ਚੇਤਨਾ ਰੱਖਦੇ ਨੇ, ਇਹਦਾ ਮਤਲਬ ਉਹਨਾਂ ਨੂੰ ਸ਼ਹੀਦੀ ਦੇ ਸਹੀ ਮਾਇਨਿਆਂ ਦਾ ਪਤਾ ਨਹੀਂ। ਗਲਤ ਇੱਕ ਹਰਫ ਹੋ ਜੋਗੀ ਤੋ ਫਿਰ ਹਜ਼ਾਰੋ ਮੈਂ ਜਵਾਬ ਦੇ ਹੂੰ ਸੁਖਨ ਹਾਏ ਨਾ ਰਵਾਂ ਕੇ ਲੀਏ। ਕਹਿੰਦੇ ਨੇ ਵੀ ਜੇ ਮੈਂ ਇੱਕ ਲਫ਼ਜ਼ ਵੀ ਮੇਰੇ ਕਿਸੇ ਦੇ ਵਿੱਚ ਕੋਈ ਖੋਟ ਹੋਵੇ ਨਾ, ਜਦੋਂ ਕਵੀ ਲਿਖਦਾ ਨਾ ਉਹਦੇ ਲਿਖਣ ਦਾ ਇੱਕ ਮਕਸਦ ਹੁੰਦਾ ਹੈ, ਆਪਣੀ ਕਲਪਨਾ ਦੇ ਵਿੱਚੋਂ ਉਹ ਸਾਡੇ ਸਾਹਮਣੇ ਕੋਈ ਆਪਣੇ ਅਨੁਭਵ ਰੱਖਦਾ ਹੈ। ਪਰ ਜਦੋਂ ਕੋਈ ਫਕੀਰ ਲਿਖਦਾ ਹੈ ਉਹ ਸੱਚ ਦੇ ਪ੍ਰਤੀ ਲਿਖਦਾ ਹੈ, ਔਰ ਉਹਦੇ ਵਿੱਚ ਵੀ ਉਹਦਾ ਖੁਦ ਦਾ ਅਨੁਭਵ ਇਨਵੋਲਵ ਹੁੰਦਾ, ਉਹਦੇ ਤੋਂ ਸੱਖਣਾ ਨਹੀਂ ਹੁੰਦਾ ਉਹ। ਤਾਂ ਜਦੋਂ ਜੋਗੀ ਜੀ ਲਿਖਦੇ ਨੇ ਉਸ ਬਾਰੇ, ਇਹਦਾ ਮਤਲਬ ਉਹਨਾਂ ਦੇ ਅੰਦਰ ਹਕੀਕਤ ਦੇ ਨਾਲ ਜੁੜੇ ਹੋਣ ਦੇ ਤੱਤ ਮੌਜੂਦ ਨੇ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੂੰ ਅੱਲਾਹ ਦੇ ਉਹ ਰਹਿਬਰ ਨਜ਼ਰ ਆਉਂਦੇ ਨੇ ਜਿਹੜੇ ਉਸ ਸਮੇਂ ਸੱਚ ਦੇ ਉੱਤੇ ਪਹਿਰਾ ਦੇ ਰਹੇ ਨੇ। ਖੈਰ ਜਦੋਂ ਗੜੀ ਦੇ ਵਿੱਚ ਸਿੰਘ ਆ ਕੇ ਟਿਕ ਗਏ, ਹੁਣ ਖਬਰ ਸਾਰਿਆਂ ਨੂੰ ਹੈ ਵੀ ਪਿੱਛੇ ਜਿਹੜੀਆਂ ਫੌਜਾਂ ਚੜ੍ਹੀਆਂ ਹੁੰਦੀਆਂ ਨੇ, ਪਹਿਲਾਂ ਰਾਹ 'ਚ ਮੁੱਠਭੇੜ ਹੋ ਚੁੱਕੀ ਹੈ, ਉਹ ਇੱਥੇ ਵੀ ਘੇਰਾ ਪੈਣਾ ਸ਼ੁਰੂ ਹੋ ਗਿਆ ਔਰ ਯਕੀਨਨ ਲੜਾਈ ਹੋਊਗੀ। ਔਰ ਉਸ ਲੜਾਈ ਦੇ ਵਿੱਚੋਂ ਭੱਜਣਾ ਕਿਸੇ ਨੇ ਨਹੀਂ। ਜੇ ਅਸੀਂ ਵੇਖੀਏ ਵੀ ਜੇ ਅਨੰਦਪੁਰ ਸਾਹਿਬ ਤੋਂ ਗੜੀ ਤੱਕ ਦਾ ਜਿਹੜਾ ਸਫ਼ਰ ਆ ਉਹ ਭੱਜਣ ਦਾ ਨਹੀਂ ਹੈਗਾ, ਉਹ ਫਾਈਟ ਦਾ, ਵੀ ਕਿਲੇ ਨੂੰ ਛੱਡਣਾ ਜਿਹੜਾ ਉਹ ਚੈਲੰਜ ਆ, ਔਰ ਚੈਲੰਜ ਝੂਠ ਅਤੇ ਸੱਚ ਦਾ ਨਿਤਾਰਾ ਕਰਦਾ ਹੈ। ਝੂਠੇ ਬੰਦੇ ਸੱਚ ਦੀ ਆੜ ਲੈ ਕੇ ਗੁਰੂ ਦੇ ਨਾਲ ਇੱਕ ਕਮਿਟਮੈਂਟ ਕਰਦੇ ਨੇ, ਔਰ ਸਾਹਿਬ ਕਹਿੰਦੇ ਨੇ ਵੀ ਝੂਠਾ ਬੰਦਾ ਆਪਣੀ ਕਮਿਟਮੈਂਟ ਕਦੀ ਨਹੀਂ ਨਿਭਾਉਂਦਾ ਹੁੰਦਾ, ਉਹਦਾ ਪ੍ਰੂਫ ਦਿੰਦੇ ਨੇ ਉਹ। ਜਦੋਂ ਵਿਰੋਧੀਆਂ ਦਾ ਹਮਲਾ ਹੁੰਦਾ ਤੋ ਖੈਰ ਕਨਫਰਮ ਆ ਹੁਣ ਹੋਣਾ ਕੀ ਹੈ। ਸੱਚੇ ਪਾਤਸ਼ਾਹ ਸਿੰਘਾਂ ਦੇ ਸਨਮੁੱਖ ਹੁੰਦੇ ਨੇ, ਫਿਰ ਉਹਨਾਂ ਨੂੰ ਸੰਬੋਧਨ ਕਰਦੇ ਨੇ, ਉਹਨਾਂ ਨੂੰ ਦੱਸਦੇ ਨੇ ਵੀ ਵਾਪਰੇਗਾ ਕੀ। ਇਤਨੇ ਮੈਂ ਮੁਖਾਤਿਬ ਹੋਏ ਸਤਿਗੁਰੂ ਗੁਰੂ ਗੋਬਿੰਦ ਵੋ ਸਾਬਰੋ ਸ਼ਾਕਰ ਵੋ ਬਹਾਦੁਰ ਗੁਰੂ ਗੋਬਿੰਦ ਰਸਤੇ ਮੈਂ ਗਵਾ ਆਏ ਥੇ ਦੋ ਦੁਰ ਗੁਰੂ ਗੋਬਿੰਦ ਥੇ ਗਮ ਕੀ ਜਗ੍ਹਾ ਸ਼ਾਂਤੀ ਮੈਂ ਪੁਰ ਗੁਰੂ ਗੋਬਿੰਦ। ਜਦੋਂ ਦੁਸ਼ਮਣ ਪਿੱਛੇ ਚੜਿਆ ਹੋਏ ਨਾ ਬੰਦੇ ਦੇ ਦਿਮਾਗ 'ਤੇ ਟੈਨਸ਼ਨ ਹੁੰਦੀ, ਚਿੰਤਾ ਹੁੰਦੀ, ਗੁਰੂ ਸਾਹਿਬ ਸ਼ਾਂਤੀ 'ਚ ਨੇ, ਸਹਿਜ 'ਚ ਨੇ। ਫੁਰਮਾਏ ਵੋ ਸਭ ਸੇ ਨਹੀਂ ਮੌਕਾ ਇਹ ਮੌਕਾ ਗਜ਼ਬ ਕਾ। ਵੀ ਐਸ ਜਿਹੜੀ ਹੁਣ ਜਿਹੜੀ ਜਿਸ ਜਗ੍ਹਾ 'ਤੇ ਅਸੀਂ ਪਹੁੰਚ ਗਏ ਹਾਂ, ਸਾਡੀ ਸਾਰਿਆਂ ਦੀ ਲਾਈਫ ਦਾ ਜਿਹੜਾ ਇਹ ਮੌਕਾ ਹੈ, ਇਹਨੂੰ ਕੋਈ ਛੋਟੀ ਜਿਹੀ ਗੱਲ ਨਾ ਸਮਝ ਕੇ ਚੱਲਣਾ।
ਪੂਰਾ ਯਹੀ ਕੱਲ ਹੋਗਾ ਇਰਾਦਾ ਮੇਰੇ ਰੱਬ ਕਾ ਵੀ ਰੱਬ ਦੀ ਰਜ਼ਾ ਜਿੱਥੇ ਸਾਨੂੰ ਪੂਰਨਤਾ ਬਖਸ਼ਣਾ ਚਾਹੁੰਦੀ ਹੈ ਉਹ ਜਗ੍ਹਾ ਆ ਗਈ। ਲੜਾਈ ਦਾ ਅਸੂਲ ਹੈ ਜਦੋਂ ਲੜਾਈ ਦੇ ਵਿੱਚ ਦੋ ਫੌਜਾਂ ਆਮੋ ਸਾਹਮਣੇ ਹੋਣ ਤਾਂ ਜਰਨੈਲ ਜਿਹੜਾ ਹੁੰਦਾ ਫੌਜ ਦਾ ਉਹ ਆਪਣੇ ਸਿਪਹਿ ਜਿਹੜੇ ਉਹਦੇ ਸਿਪਾਹੀ ਨੇ ਜਾਂ ਸਿਪਹਿ ਸਲਾਰ ਨੇ ਉਹਨਾਂ ਨੂੰ ਇਹ ਗੱਲ ਕਹਿੰਦਾ ਹੁੰਦਾ ਹੈ ਵੀ ਹੁਣ ਉਹ ਸਮਾਂ ਆ ਗਿਆ, ਉਹ ਮੌਕਾ ਆ ਗਿਆ ਜਿੱਥੇ ਸਾਡੀ ਹੁਣ ਤੱਕ ਦੀ ਸਾਰੀ ਜ਼ਿੰਦਗੀ ਪੂਰਨ ਹੋ ਜਾਣੀ। ਵੀ ਜੋ ਅਸੀਂ ਕਰਦੇ ਆਏ, ਜੋ ਸਾਡੀਆਂ ਤਿਆਰੀਆਂ ਸੀ, ਜੋ ਸਾਡਾ ਏਮ ਸੀ ਲਾਈਫ ਦਾ, ਉਹ ਏਮ ਹੁਣ ਸਾਡੇ ਤੋਂ ਕੁਝ ਕਦਮ ਦੂਰ ਆ, ਉਸ ਤੋਂ ਬਾਅਦ ਅਸੀਂ ਉੱਥੋਂ ਤੱਕ ਪਹੁੰਚ ਜਾਵਾਂਗੇ। ਸ਼ਹੀਦ ਸੱਚ ਵਾਸਤੇ ਲੜਦਾ ਹੈ, ਸੱਚ ਵਾਸਤੇ ਮਰਦਾ ਹੈ, ਇਸ ਕਰਕੇ ਉਹਦੇ ਅੰਦਰ ਅਫਸੋਸ ਨਹੀਂ। ਰਣ ਦੇਖ ਸੂਰੇ ਚਿੱਤ ਉਲਾਸ, ਮਹਾਰਾਜ ਬਾਣੀ 'ਚ ਲਿਖਦੇ ਨੇ ਵੀ ਸੂਰਮਾ ਉਹ ਹੈ ਜਿਹਨੂੰ ਜਦੋਂ ਮੈਦਾਨੇ ਜੰਗ ਨੂੰ ਵੇਖਦਾ ਹੈ, ਤੱਕਦਾ, ਉਹਦੇ ਅੰਦਰ ਚਾਹ ਚੜ ਜਾਂਦਾ। ਔਰ ਚਾਹ ਕਾਹਦਾ? ਪੁਰਜਾ ਪੁਰਜਾ ਕਟਮਰ ਹੈ, ਕਬਹੁ ਨਾ ਛੱਡੈ ਖੇਤ। ਉਹ ਤੋਂ ਭੱਜਣਾ ਨਹੀਂ ਭਾਵੇਂ ਪੁਰਜਾ ਪੁਰਜਾ ਹੋ ਜਾਵੇ ਸਰੀਰ। ਜਿਸ ਖਿੱਤੇ ਮੈਂ ਹਮ ਕਹਿਤੇ ਤੇ ਆਉਣਾ ਇਹ ਵਹੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੰਬੋਧਨ ਕਰਕੇ ਸਿੱਖਾਂ ਨੂੰ ਇਹ ਦੱਸਦੇ ਨੇ ਵੀ ਸਾਡੀ ਮੰਜ਼ਿਲ ਆ ਗਈ ਜਿੱਥੇ ਅਸੀਂ ਆਉਣਾ ਸੀ। ਕੱਲ ਲੂਟ ਕੇ ਹੈ ਜਾਣਾ ਜਿਸ ਜਗ੍ਹਾ ਸੇ, ਇਹ ਵਹੀ ਹੈ ਵੀ ਜਿੱਥੋਂ ਕੱਲ੍ਹ ਨੂੰ, ਇਹਦਾ ਮਤਲਬ ਮਹਾਰਾਜ ਦੱਸਦੇ ਨੇ ਵੀ ਕੱਲ੍ਹ ਨੂੰ ਇੱਥੇ ਬੜਾ ਕੁਝ ਮੇਰਾ ਜਿਹੜਾ ਉਹ ਇੱਥੇ ਹੀ ਰਹਿ ਜਾਣਾ। ਜਿਸ ਜਾਂ ਪੇ ਬੱਚੋਂ ਕੋ ਕਟਾਣਾ ਇਹ ਵਹੀ ਹੈ, ਜਗ੍ਹਾ ਜਿਸ ਜਗ੍ਹਾ ਪੇ ਮੱਟੀ ਕਹਿ ਦਿੱਤੀ ਹੈ ਟਿਕਾਣਾ ਇਹ ਵਹੀ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਸਮਾਂ ਅਤੇ ਸਥਾਨ ਇਸ ਗੱਲ ਦਾ ਨਿਰਣਾ ਕਰ ਦਿੰਦਾ ਵੀ ਸਾਡਾ ਮਰਕਜ਼ ਆਹੀ ਆ, ਇਦੋਂ ਬਾਅਦ ਸਾਡੀ ਹੁਣ ਇਸ ਧਰਤੀ ਦੇ ਉੱਤੇ ਕਿਤੇ ਦੂਜੀ ਜਗ੍ਹਾ 'ਤੇ ਕੋਈ ਐਂਟਰੀ ਨਹੀਂ ਹੋਣੀ, ਸਾਡੇ ਵਾਸਤੇ ਫਾਈਨਲ ਮਰਕਜ਼ ਆਹੀ ਆ। ਜਬ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੈਂ, ਬਾਬਾ ਸੌਂਦਾ ਨਹੀਂ ਉਸ ਰਾਤ, ਸੱਚੇ ਪਾਤਸ਼ਾਹ ਸੌਂਦੇ ਨਹੀਂ, ਰੱਬ ਦੀ ਯਾਦ 'ਚ ਨੇ। ਜੋਗੀ ਜੀ ਕਹਿੰਦੇ ਨੇ ਵੀ ਬਾਬਾ ਪਰਮੇਸ਼ਵਰ ਦੀ ਯਾਦ 'ਚ ਹੈ, ਉਹਦੇ ਪ੍ਰੇਮ 'ਚ ਹੈ। ਕਿਉਂ? ਕਾਰਨ ਵੀ ਜਾਣਦੇ ਨੇ ਵੀ ਕੱਲ੍ਹ ਨੂੰ ਕੀ ਵਾਪਰਨਾ, ਪਰ ਉਸ ਵਾਪਰਨ ਦੇ ਹੋਣੀ ਦੇ ਬਾਵਜੂਦ, ਜੋ ਹੋਣਾ ਉਹਦੇ ਬਾਵਜੂਦ ਵੀ ਅੰਦਰ ਸਬਰ ਅਤੇ ਸ਼ੁਕਰ ਦਾ ਜਿਹੜਾ ਭਾਵ ਆ ਮਹਾਰਾਜ, ਉਹਨੂੰ ਸਿੱਖਾਂ ਤੱਕ ਲੈ ਕੇ ਜਾਂਦੇ ਨੇ, ਉਹਨਾਂ ਦੇ ਹਿਰਦਿਆਂ ਤੱਕ ਟਿਕਾਉਂਦੇ ਨੇ, ਔਰ ਸਿੱਖਾਂ ਦੇ ਵਿੱਚ ਉਹ ਜਜ਼ਬਾ ਬਣਦਾ, ਜਿਸ ਕਰਕੇ ਉਹਨਾਂ ਦੀ ਗੱਲ ਅੱਜ ਹੁੰਦੀ ਹੈ। ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੇਂ, ਜਿੱਥੇ ਵਿਸ਼ਰਾਮ ਸਥਲ ਹੈ ਸੱਚੇ ਪਾਤਸ਼ਾਹ ਜੀ ਦਾ, ਉਦੋਂ ਕਦੀ ਬਾਹਰ ਆਏ ਸਿੱਖਾਂ ਨੂੰ ਤੱਕਦੇ ਨੇ, ਕੁਦਰਤ ਨੂੰ ਨਿਹਾਰਦੇ ਨੇ, ਮਨ ਦੇ ਵਿੱਚ ਇੱਕ ਸਹਿਜ ਭਾਵ ਆ ਜਿਹਦੇ ਵਿੱਚ ਪਰਮੇਸ਼ਵਰ ਦਾ ਸ਼ੁਕਰਾਨਾ। ਇਹਦਾ ਇਹਨੂੰ ਅਸੀਂ ਇਸ ਸੈਂਸ 'ਚ ਵੀ ਵੇਖ ਸਕਦੇ ਹਾਂ, ਜਿੰਨਾ ਚਿਰ ਤੱਕ ਅਸੀਂ ਮੰਜ਼ਿਲ ਤੱਕ ਨਹੀਂ ਪਹੁੰਚ ਜਾਂਦੇ ਹੁੰਦੇ, ਉਹਨਾਂ ਚਿਰ ਤੱਕ ਉਹਦੇ ਸ਼ੁਕਰ ਅਤੇ ਸਿਦਕ 'ਚ ਖੜ੍ਹੇ ਰਹਿਣਾ ਸਾਡੇ ਵਾਸਤੇ ਬਹੁਤ ਲਾਜ਼ਮੀ ਹੁੰਦਾ, ਨਹੀਂ ਤਾਂ ਮਨੁੱਖ ਦੇ ਮਨ ਦੇ ਅੰਦਰ ਉਹ ਚੀਜ਼ ਅਸਥਿਰਤਾ ਪੈਦਾ ਕਰ ਦਿੰਦੀ। ਗੁਰੂ ਸਾਹਿਬ ਜੀ ਦੀ ਨਹੀਂ ਆਪਾਂ ਗੱਲ ਕਰਦੇ, ਪਰ ਜੇ ਸਿੱਖਾਂ ਦੀ ਕਰਾਂਗੇ ਜਾਂ ਜਿਹੜੇ ਸਾਡੇ ਵਰਗੇ ਹੋਣਗੇ, ਉਹ ਵੈਸੇ 40 ਦੇ ਵਿੱਚੋਂ ਸਾਡੇ ਵਰਗਾ ਕੋਈ ਨਹੀਂ ਸੀ, ਉਹ ਤਾਂ ਉਹ ਰੂਹਾਂ ਨੇ ਜਿਹੜੀਆਂ ਪ੍ਰਵਾਨ ਹੋ ਚੁੱਕੀਆਂ। ਜੇ ਅਸੀਂ ਸਿਰਫ ਸਮਝਣ ਵਾਸਤੇ ਇਹਨਾਂ ਚੀਜ਼ਾਂ ਨੂੰ ਵੇਖੀਏ ਤਾਂ ਉਹਦੇ ਵਿੱਚ ਕਿਤੇ ਵੀ ਫਿਰ ਕੰਪਰੋਮਾਈਜ਼ ਨਹੀਂ ਮਿਲੂਗਾ। ਕਦਮੋ ਸੇ ਟਹਿਲ ਥੇ ਤੇ ਮਗਰ ਦਿਲ ਥਾ ਦੁਆ ਮੇਂ, ਬੋਲੇ ਐ ਖੁਦਾਵੰਦ ਹੂੰ ਖੁਸ਼ ਤੇਰੀ ਰਜ਼ਾ ਮੇਂ। ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕਰ, ਥੇ ਦੇਖਤੇ ਹਰ ਇੱਕ ਕੋ ਗੁਰੂ ਦੀ ਦਾਏ ਤਰ ਸੇ, ਉਲਫਤ ਕੀ ਨਿਗਾਹੋਂ ਸੇ ਮੁਹੱਬਤ ਕੀ ਨਜ਼ਰ ਸੇ। ਸਿੱਖਾਂ ਦੇ ਨਾਲ ਗੁਰੂ ਦਾ ਪ੍ਰੇਮ ਇੰਨਾ, ਸੱਚੇ ਪਾਤਸ਼ਾਹ ਬੜੇ ਸਹਿਜ ਦੇ ਨਾਲ ਵਿਚਰਦੇ ਨੇ, ਔਰ ਹਰ ਨੂੰ ਦਿਦਾਏ ਤਰ, ਇਹਦਾ ਮਤਲਬ ਵੀ ਅੱਖਾਂ ਦੇ ਵਿੱਚ ਇੰਨਾ ਪਿਆਰ ਭਰਿਆ ਵੀ ਜਿਹਨੂੰ ਵੀ ਤੱਕਦੇ ਨੇ ਉਹਨਾਂ ਦੇ ਅੰਦਰ ਉਹ ਪ੍ਰੇਮ ਦੀ ਜਿਹੜੀ ਪ੍ਰੇਮ ਐਵੇਂ ਕਹੀਏ ਵੀ ਹੋਰ ਰੁਮਕਦਾ।
ਉੱਥੇ ਕੋਈ ਫਰਕ ਨਹੀਂ। ਬੜੀ ਕਮਾਲ ਆਏ ਵੀ ਸਿੱਖ ਅਤੇ ਗੁਰੂ ਦੇ ਖੁਦ ਜਿਹੜੇ ਸਾਹਿਬਜ਼ਾਦੇ ਨੇ ਉਹਦੇ ਵਿੱਚ ਸੱਚੇ ਪਾਤਸ਼ਾਹ ਕਿਤੇ ਵੀ ਫਰਕ ਨਹੀਂ ਕਰਦੇ। ਜਿਨ ਸਿੰਘੋਂ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ, ਕੱਲ ਸੁਬਹ ਥਾ ਜਿਨ ਖਾਲਸੋ ਨੇ ਜੰਗ ਮੇ ਮਰਨਾ, ਬਾਲੀ ਸੇ ਸ਼ਹੀਦੋਂ ਕੇ ਹੁਆ ਜਬ ਕੇ ਗੁਜ਼ਰਨਾ, ਮੁਸ਼ਕਲ ਹੁਆ ਇਸੇ ਜਾਂ ਸੇ ਕਦਮ ਆਗੇ ਕੋ ਧਰਨਾ, ਚੂਮਾ ਕਬੀ ਹਲਕੂਮ ਦਹਿਨ ਚੂਮਨੇ ਬੈਠੇ, ਜਬ ਪਾਇਤੀ ਆਏ ਤੋ ਚਰਨ ਚੂਮਨੇ ਬੈਠੇ। ਦੁਨੀਆ ਦੇ ਪਹਿਲੇ ਪੈਗੰਬਰ ਨੇ, ਗੁਰੂ ਨੇ, ਮੌਕੇ ਦੇ ਰਹਿਬਰ ਨੇ, ਜਿਨ੍ਹਾਂ ਨੇ ਆਪਣੇ ਨਾਲ ਤੁਰਨ ਵਾਲੇ ਸਿੱਖਾਂ ਦੇ ਜਿੱਥੇ ਮੱਥੇ ਚੁੰਮੇ ਉੱਥੇ ਉਹਨਾਂ ਦੇ ਕਦਮ ਵੀ ਚੁੰਮੇ। ਖਾਲਸਾ ਮੇਰੋ ਰੂਪ ਹੈ ਖਾਸ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੌਸੋ ਗਰੀਬ ਕਰੋਰ ਪਰੇ। ਸੱਚੇ ਪਾਤਸ਼ਾਹ ਜੀ ਦੇ ਸੰਬੰਧ 'ਚ ਜਿੰਨੇ ਲਫਜ਼ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਉਹ ਸਾਰੇ ਲਫਜ਼ ਕਮਾਏ ਹੋਏ ਨੇ, ਉਹ ਅਤਕਥਨੀਆਂ ਨਹੀਂ ਹੈਗੀਆਂ। ਵੀ ਐਵੇਂ ਕਹਿ ਦਿੱਤਾ ਵੀ ਹੋ ਹੱਕ ਰਾਗਨਜ਼ੂਰ ਨੇ, ਉਹ ਨਾਸਰੋ ਮਨਸੂਰ ਨੇ, ਉਹ ਸਿੱਖਾਂ ਦੇ ਹਿਤੈਸ਼ੀ ਨੇ, ਉਹਨਾਂ ਨਾਲ ਪ੍ਰੇਮ ਕਰਨ ਵਾਲੇ ਨੇ, ਐਵੇਂ ਨਹੀਂ ਕਿਹਾ। ਜਦੋਂ ਜੋਗੀ ਜੀ ਲਿਖਦੇ ਨੇ ਚੂਮਾ ਕਬੀ ਹਲਕੂਮ ਦਹਿਨ ਚੂਮਨੇ ਬੈਠੇ, ਕਦੀ ਮੱਥੇ ਚੁੰਮਦੇ ਨੇ ਉਹਨਾਂ ਦੇ, ਜਬ ਪਾਇਤੀ ਆਏ ਤੋ ਚਰਨ ਚੂਮਨੇ ਬੈਠੇ। ਜਦੋਂ ਉਹਨਾਂ ਦੇ ਪੁਆਂਦੀਆਂ ਹੁੰਦੇ ਨੇ, ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ 'ਤੇ ਵੀ ਝੁਕਦੇ ਨੇ। ਇਹਦਾ ਭਾਵ ਇਸ ਸੈਂਸ 'ਚ ਆ, ਜਿਹੜਾ ਗੁਰੂ ਵਾਸਤੇ ਆਪਣਾ ਆਪਾ ਵਾਰ ਸਕਦਾ ਹੈ, ਗੁਰੂ ਆਪਣੇ ਆਪ ਨੂੰ ਉਹਦੇ ਅੰਦਰ ਆਪ ਉਤਾਰ ਦਿੰਦਾ। ਇੱਕ ਆ ਪਿੱਛੇ ਜੀ ਨਾ ਇੱਕ ਐਗਜੀਬਿਸ਼ਨ ਲੱਗੀ ਇੱਥੇ ਮਿਲਟਰੀ ਮਿਊਜ਼ੀਅਮ ਦੇ ਵਿੱਚ, ਜਿਨ੍ਹਾਂ ਨੇ ਵੇਖੀ ਹੋਏਗੀ ਉਹ ਗਏ ਹੋਣਗੇ। ਉੱਥੇ ਇੱਕ ਸੋਲਜਰ ਦਾ, ਸਿਪਾਹੀ ਦਾ ਬਿਆਨ ਸੀ। ਉਹਨੂੰ ਕਹਿੰਦੇ ਵੀ ਤੁਹਾਨੂੰ ਕਿਵੇਂ ਐਵੇਂ ਹੋਇਆ ਵੀ ਜਦੋਂ ਇੰਨੀਆਂ ਫੌਜਾਂ ਅੱਗੇ ਨੇ, ਤੁਹਾਡੇ ਅੰਦਰ ਉਹ ਹੌਂਸਲਾ ਕਿੱਥੋਂ ਆਇਆ ਲੜਨ ਦਾ? ਬੰਦੇ ਨੂੰ ਜਦੋਂ ਕਨਫਰਮ ਹੋਵੇ ਵੀ ਨਾ ਇੱਥੇ ਕੁਝ ਨਹੀਂ ਬਣ ਸਕਦਾ ਸਾਡਾ, ਫਿਰ ਵੀ ਬੰਦਾ ਐਡੀ ਬਹਾਦਰੀ ਨਾਲ ਲੜੇ, ਵੀ ਕਾਰਨ ਕੀ ਹੈ? ਉਹ ਜਿਹੜੇ ਉਹਦੇ ਲਫਜ਼ ਸਨ, ਉਹ ਕਹਿੰਦਾ ਉੱਥੇ ਅਸੀਂ ਸੀ ਹੀ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਅੰਦਰ ਆ ਕੇ ਸਾਡੇ ਵਿੱਚੋਂ ਦੀ ਲੜੇ। ਉਹ ਹਾਲੇ ਵੀ ਪਿਆ ਉੱਥੇ, ਲਿਖੇ ਪਏ ਹੋਣਗੇ ਬੋਲ ਅੰਗਰੇਜ਼ੀ 'ਚ ਐਡਾ ਕੁ। ਉਹ ਕਹਿੰਦਾ ਵੀ ਅੰਦਰ ਗੁਰੂ ਉੱਤਰ ਗਿਆ, ਗੁਰੂ ਸਾਡੇ ਥਰੂ ਲੜਿਆ। ਉਹ ਇਸੇ ਕਰਕੇ ਆਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵੀ ਸਭ ਕੁਝ ਉਹਦਾ ਹੀ ਹੈ, ਫਤਿਹ ਵੀ ਉਹਦੀ ਹੈ। ਉਹ ਹੋਣਾ ਹੁੰਦਾ ਉਦੋਂ ਹੈ ਜਦੋਂ ਸਿੱਖ ਮਨਫੀ ਹੋ ਗਿਆ, ਵੀ ਸਿੱਖ ਦੀ ਆਪਣੀ ਕੋਈ ਆਈਡੈਂਟੀ ਨਹੀਂ ਰਹੀ, ਮੈਂ ਕੁਝ ਹੈ ਹੀ ਨਹੀਂ, ਮੈਂ ਕੁਝ ਕਰ ਸਕਦਾ ਹੀ ਨਹੀਂ, ਤਾਂ ਫਿਰ ਗੁਰੂ ਅੰਦਰ ਆ ਕੇ ਵਿਚਰਦਾ। ਔਰ ਉਹ ਗੁਰੂ ਦਾ ਪ੍ਰੇਮ ਆ, ਇਹ ਇਸ ਤੋਂ ਪਹਿਲਾਂ ਕਦੀ ਦੁਨੀਆ 'ਤੇ ਨਾ ਹੋਇਆ, ਨਾ ਉਦੋਂ ਬਾਅਦ ਕਦੀ ਨਹੀਂ ਹੋਇਆ। ਖੈਰ, ਸਮਾਂ ਆ ਗਿਆ ਲੜਾਈ ਦਾ। ਸਿੰਘ ਜਾਂਦੇ ਨੇ ਪੰਜ ਪੰਜ ਦੇ ਜਥਿਆਂ 'ਚ, ਪੂਰੀ ਜੰਮ ਕੇ ਲੜਾਈ ਹੁੰਦੀ ਹੈ। ਜਿੰਨਾ ਚਿਰ ਤੱਕ ਇੱਕ ਸਰੀਰ ਦੇ ਵਿੱਚ ਸਾਹ ਬਾਕੀ ਰਹਿੰਦਾ, ਉਨਾ ਚਿਰ ਤੱਕ ਕੋਈ ਨਹੀਂ ਪਿਛਾਂ ਹਟਦਾ। ਉਹ ਸਾਰੀ ਖੇਡ ਵੇਖ ਕੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਅੰਦਰ ਵੀ ਲੜਨ ਦਾ ਚਾਅ ਆਇਆ। ਪਿਤਾ ਜੀ ਕੋਲ ਗਏ, ਗੁਰੂ ਪਿਤਾ ਜੀ ਕੋਲ, ਦਸ਼ਮੇਸ਼ ਪਾਤਸ਼ਾਹ ਜੀ ਕੋਲ ਜਾ ਕੇ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲਈ ਵੀ ਮਹਾਰਾਜ ਤੁਸੀਂ ਰਹਿਮਤ ਕਰੋ, ਮੈਂ ਵੀ ਮੈਦਾਨੇ ਜੰਗ 'ਚ ਜਾ ਕੇ ਲੜਨਾ ਹੈ। ਸੱਚੇ ਪਾਤਸ਼ਾਹ ਜੀ ਨੇ ਆਗਿਆ ਦੇ ਦਿੱਤੀ। ਲੜਾਈ ਹੁੰਦੀ ਹੈ, ਜੋਗੀ ਜੀ ਲਿਖਦੇ ਨੇ ਉਸ ਲੜਾਈ ਦੇ ਵਿੱਚ ਮਰਨ ਵਾਲੇ ਨੂੰ ਕੋਈ ਡਰ ਨਹੀਂ, ਮਾਰਨ ਵਾਲੇ ਆਪਸ 'ਚ ਮਸ਼ਵਰਾ ਕਰਦੇ ਨੇ, ਬਚ ਬਚ ਕੇ ਲੜੋ ਕਲਗੀਆਂ ਵਾਲੇ ਕੇ ਪਿਸਰ ਸੇ, ਇਹ ਨੀਮਚਾ ਲਾਏ ਹੈ ਗੁਰੂ ਜੀ ਕੀ ਕਮਰ ਸੇ। ਉਹ ਕਹਿੰਦੇ ਨੇ ਵੀ ਇਹਦੇ ਤੋਂ ਬਚ ਕੇ ਲੜੋ। ਕਾਰਨ ਕੀ ਹੈ? ਵੀ ਗੁਰੂ ਨੇ ਬਖਸ਼ਿਸ਼ ਕਰਕੇ ਇਹਨੂੰ ਉਹ ਹਥਿਆਰ ਦਿੱਤਾ ਹੈ ਜਿਹਦੇ ਨਾਲ ਇਹ ਕਿਸੇ ਦਾ ਵੀ ਕਾਣ ਕਰ ਸਕਦਾ, ਕਿਸੇ ਨੂੰ ਵੀ ਮਾਰ ਸਕਦਾ। ਇੰਨੀ ਚੇਤਨਾ ਇਹਦਾ ਉੱਥੇ ਭਾਵ ਇਹ ਸੈਂਸ 'ਚ ਹੈ ਵੀ ਗੁਰੂ ਦਾ ਥਾਪੜਾ ਜਿਹਦੇ ਕੰਡ 'ਤੇ ਹੋਵੇ
ਉਹਨੂੰ ਫਿਰ ਕਿਸੇ ਕਿਸਮ ਦੀ ਕੋਈ ਫਿਕਰ ਕਰਨ ਦੀ ਲੋੜ ਨਹੀਂ। ਉਹ ਜਿੱਤੇਗਾ ਹੀ ਜਿੱਤੇਗਾ, ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਤੋ ਜੀਤਾ ਨਹੀਂ ਆਊਂਗਾ। ਵੀ ਨਾ ਹੀ ਸੱਚੇ ਪਾਤਸ਼ਾਹ ਤੁਸੀਂ ਮੇਰਾ ਅਜੀਤ ਰੱਖਿਆ, ਉੱਥੇ ਜਾ ਕੇ ਹਾਰਦਾ ਨਹੀਂ। ਤੋ ਜੇ ਆ ਸਰੀਰ ਇਸ ਜੋਗਾ ਨਾ ਰਿਹਾ ਵੀ ਵਾਪਸ ਆ ਜੇ, ਪਰ ਕੋਈ ਮੇਰਾ ਇਮਾਨ ਨਹੀਂ ਜਿੱਤ ਸਕਦਾ, ਕੋਈ ਮੈਨੂੰ ਅੰਦਰੋਂ ਨਹੀਂ ਜਿੱਤ ਸਕਦਾ। ਉਹਦੇ 'ਚ ਫਤਿਹ ਤੇਰੀ ਹੋਣੀ ਹੈ, ਹੋਏਗੀ। ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ, ਇਤਿਹਾਸਕਾਰ ਲਿਖਦਾ ਵੀ ਸੱਚੇ ਪਾਤਸ਼ਾਹ ਜੀ ਜੈਕਾਰਾ ਛੱਡਦੇ ਨੇ ਔਰ ਰੱਬ ਦਾ ਸ਼ੁਕਰ ਅਦਾ ਕਰਦੇ ਨੇ ਵੀ ਤੂੰ ਰਹਿਮਤ ਕੀਤੀ, ਜਿਸ ਮੁਕਾਮ 'ਤੇ ਮੈਨੂੰ ਤੂੰ ਲਿਆ ਕੇ ਖੜਾ ਕੀਤਾ, ਜਿਸ ਇਮਤਿਹਾਨ 'ਤੇ ਤੂੰ ਮੈਨੂੰ ਲਿਆ ਕੇ ਖੜਾ ਕੀਤਾ, ਉਸ ਇਮਤਿਹਾਨ ਦੇ ਵਿੱਚ ਤੂੰ ਆਪਣੀ ਰਹਿਮਤ ਨਾਲ ਮੈਨੂੰ ਪਾਸ ਕਰ ਦਿੱਤਾ। ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਸਨਮੁੱਖ ਆ ਕੇ ਖੜ੍ਹੇ ਹੋ ਗਏ। ਕਿਰਪਾਲੂ ਪਾਤਸ਼ਾਹ ਜੀ ਤੁਸੀਂ ਮੇਰੇ 'ਤੇ ਵੀ ਰਹਿਮਤ ਕਰੋ ਵੀ ਮੈਂ ਵੀ ਵੱਡੇ ਆਪਣੇ ਭਰਾਤਾ ਵਾਂਗੂ ਵੀਰ ਵਾਂਗੂ ਤੁਹਾਡੇ ਸਾਹਮਣੇ ਮੈਦਾਨੇ ਜੰਗ 'ਚ ਜਾ ਕੇ ਲੜਾਂ। ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਸੋਨਾ ਨਹੀਂ ਆਤਾ, ਖਾਣਾ ਨਹੀਂ ਆਤਾ, ਪੀਣਾ ਨਹੀਂ ਆਤਾ। ਯੋਗੀ ਜੀ ਦੇ ਲਫਜ਼ ਨੇ ਬੜੇ ਬੜੇ ਸਹਿਜ ਨਾਲ ਲਿਖਦੇ ਨੇ। ਜਦੋਂ ਜ਼ਿੰਦਗੀ ਸਹਿਜ ਰੂਪ ਦੇ ਵਿੱਚ ਨਿਰੰਤਰ ਇੱਕ ਦੂਜੇ ਦੇ ਨਾਲ ਬੜੇ ਪਿਆਰ ਭਾਵ 'ਚ ਜੀਵੀ ਹੋਵੇ, ਜਿਸ ਪਿਆਰੇ ਸਿਓ ਨੇ ਹੋਤੀ ਸਾਗੇ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤੱਕ ਹੈ ਪਾਛੇ ਜੀਵਨਾ। ਦੁਨੀਆਂ ਦੇ ਵਿੱਚ ਸਿਰਫ ਸੂਰਮੇ ਇਹੋ ਜਿਹੇ ਹੁੰਦੇ ਨੇ, ਭਗਤ ਇਹੋ ਜਿਹੇ ਹੁੰਦੇ ਨੇ ਜਿਹੜੇ ਰੱਬ ਵਾਸਤੇ ਮਰਦੇ ਮਿਟਦੇ ਨੇ, ਕਦੀ ਪਿਛਾ ਨਹੀਂ ਹਟਦੇ। ਦੁਨੀਆਦਾਰਾਂ ਦੀ ਪਹਿਚਾਣ ਆ, ਅਸੀਂ ਕਿਸੇ ਨੂੰ ਜਿੰਨਾ ਮਰਜ਼ੀ ਦਾਵਾ ਕਰੀ ਜੀਏ ਵੀ ਮੈਂ ਇਹਦੇ ਨਾਲ ਪਿਆਰ ਕਰਦਾ, ਕੋਈ ਕਿਸੇ ਦੇ ਨਾਲ ਚਿਖਾ 'ਤੇ ਨਹੀਂ ਪੈਂਦਾ, ਐਵੇਂ ਕੁਰਬਾਨ ਨਹੀਂ ਹੁੰਦਾ ਕੋਈ। ਅਸੀਂ ਜਿੰਨਾ ਮਰਜ਼ੀ ਕਹੀ ਜਾਂਦੇ ਹੁੰਦੇ ਹਾਂ ਵੀ ਮੈਂ ਇਹਨੂੰ ਬਹੁਤ ਪਿਆਰ ਕਰਦਾ, ਆਪਣੀ ਮਾਂ ਨੂੰ, ਆਪਣੀ ਭੈਣ ਨੂੰ, ਆਪਣੀ, ਉੱਥੇ ਸਾਡਾ ਮਨ ਪਤਾ ਕਿਵੇਂ ਧਰਵਾਸ ਦਿੰਦਾ ਇੱਕ ਦੂਜੇ ਨੂੰ ਜੀ, ਇਹ ਤਾਂ ਸਭ ਚਲੋ ਸੰਸਾਰ ਦੀ ਕਰਨੀ। ਪਰ ਉਹ ਸੂਰਮੇ ਦੇ ਮਨ 'ਚ ਇਹ ਭਾਵ ਨਹੀਂ ਆਉਂਦਾ ਹੁੰਦਾ, ਸੂਰਮਾ ਐਵੇਂ ਨਹੀਂ ਸੋਚਦਾ, ਕਿਉਂਕਿ ਉਹ ਸਾਰੀਆਂ ਚੀਜ਼ਾਂ ਪਹਿਲਾਂ ਵਿਨ ਕਰ ਚੁੱਕਿਆ। ਇਸ ਕਰਕੇ ਉਹਦਾ ਭਾਵ ਜਿਹੜਾ ਉਹ ਤਾਂ ਚਾਹ 'ਚ ਹੈ, ਉਹਨੂੰ ਤਾਂ ਚਾਹ ਹੈ। ਕਬੀਰ, ਮੋਹੇ ਮਰਨੇ ਕਾ ਚਾਹੋ ਹੈ ਮਰੂ ਤੋਂ ਹਰ ਕੈ ਦੁਆਰ। ਪਹੁੰਚ ਜਿੱਥੇ ਪਹੁੰਚਣਾ ਹੈ, ਜਿੱਥੇ ਜਾਣਾ ਹੈ, ਉੱਥੇ ਜਾਣ ਦਾ ਮੌਕਾ ਸਿਰਫ ਮੌਤ ਆ। ਇਸ ਕਰਕੇ ਉਹਦੇ ਅੰਦਰ ਚਾਹ ਹੈ। ਸੂਰੇ ਰਣ ਦੇਖ ਸੂਰੇ ਚਿੱਤ ਉਲਾਸ, ਉਹਦੇ ਮਨ 'ਚ ਚਾਹ ਹੈ, ਕਿਉਂਕਿ ਹੁਣ ਉਹਦੀ ਮੰਜ਼ਿਲ ਉਹਦੇ ਸਾਹਮਣੇ। ਲੜਨਾ ਨਹੀਂ ਆਤਾ ਮੁਝੇ ਮਰਨਾ ਤੋਂ ਹੈ ਆਤਾ, ਵੀ ਹਾਲੇ ਤਾਂ ਉਹਨਾਂ ਦੇ ਵਿੱਚ ਇੰਨੀ ਕਾ, ਇਹ ਸਮਝੀਏ ਇਸ ਰੂਪ ਦੇ ਵਿੱਚ, ਜੇ ਬਾਲ ਉਮਰ ਦੇ ਜਾਂ ਗੱਭਰੂਆਂ ਵਾਲੀ ਉਮਰ ਵੇਖੀਏ, 13 ਤੋਂ 15 ਸਾਲ ਵਾਲੀ ਜਿਹੜੀ ਹੈ, ਉਹਦੇ ਵਿੱਚ ਕੋਈ ਬਹੁਤੀ ਹਾਲੇ ਐਕਸਪੀਰੀਅੰਸ ਨਹੀਂ ਹੈਗਾ। ਬਾਬਾ ਜੁਝਾਰ ਸਿੰਘ ਜੀ ਦਸਮ ਪਾਤਸ਼ਾਹ ਜੀ ਨੂੰ ਕਹਿੰਦੇ ਨੇ, ਸੱਚੇ ਪਾਤਸ਼ਾਹ ਜੇ ਨਾ ਵੀ ਲੜਨਾ ਆਊਗਾ ਇੰਨਾ ਉਹਨਾਂ ਵਾਂਗੂ ਜਿੰਨੇ ਜਿਵੇਂ ਉਹ ਲੜਦੇ ਆ, ਜਿੰਨੀ ਉਹਨਾਂ ਦੇ ਵਿੱਚ ਉਹਨਾਂ ਦੇ ਸੂਰਮੇ, ਜਿੰਨੀ ਲੜਨ ਦੇ ਉਹਨਾਂ ਕੋਲ ਨੁਕਤੇ ਨੇ ਮੇਰੇ ਕੋਲ ਨਾ ਹੋਣਗੇ, ਪਰ ਮਰਨਾ ਤਾਂ ਆਉਂਦਾ ਨਾ। ਇਹਦਾ ਮਤਲਬ ਗੁਰੂ ਦੇ ਘਰੋਂ ਪਹਿਲੀ ਗੁੜਤੀ ਜਿਹੜੀ ਹੈ, ਪਹਿਲਾਂ ਮਰਨ ਕਬੂਲ ਦੀ ਲਈ ਹੋਈ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਉੱਥੇ ਤਾਂ ਜ਼ਿੰਦਗੀ ਦੀ ਆਸ ਛੱਡ ਕੇ ਹੀ ਗੁਰੂ ਦੇ ਨਾਲ ਜੁੜਦਾ ਇਨਸਾਨ। ਤੇ ਜਦੋਂ ਉਹ ਸੈਂਸ ਦੇ ਵਿੱਚ ਉੱਥੇ ਹੈ, ਫਿਰ ਇਹ ਗੱਲ ਮਾਇਨੇ ਨਹੀਂ ਰੱਖਦੀ ਵੀ ਅੱਗੇ ਬੰਦੇ ਕਿੰਨੇ ਆ ਤੇ ਉਹ ਸੂਰਮੇ ਕਿੱਡੇ ਤਗੜੇ ਆ। ਲੜਾਈ ਸੱਚ ਤੇ ਝੂਠ ਦੀ ਹੈ, ਸੱਚ ਹਮੇਸ਼ਾ ਜਿੱਤਦਾ, ਜਿਵੇਂ ਬਾਬਾ ਅਜੀਤ ਸਿੰਘ ਜੀ ਕਹਿੰਦੇ ਨੇ ਨਾ, ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਤੋ ਜੀਤਾ ਨਹੀਂ ਆਊਂਗਾ। ਵੀ ਜਿੱਤ, ਸੱਚ ਨੂੰ ਜਿੱਤਿਆ ਨਹੀਂ ਜਾ ਸਕਦਾ ਹੁੰਦਾ, ਸੱਚ ਆਪਣੇ ਆਪ ਦੇ ਵਿੱਚ ਹੀ ਜਿੱਤ ਹੁੰਦੀ ਹੈ, ਉਹ ਤਾਂ ਮੰਜ਼ਿਲ ਹੈ, ਉਹਨੂੰ ਕੌਣ ਫਤਿਹ ਕਰ ਸਕਦਾ। ਲੜਨਾ ਨਹੀਂ ਆਤਾ ਮੁਝੇ ਮਰਨਾ ਤੋਂ ਹੈ ਆਤਾ, ਖੁਦ ਵੜ ਕੇ ਗਲਾ ਤੇਗ ਪੇ ਧਰਨਾ ਤੋਂ ਹੈ ਆਤਾ। ਮਰਨ ਦਾ ਚਾਅ ਜਦੋਂ ਸੂਰਮੇ 'ਚ ਹੋਵੇ ਨਾ, ਉਹ ਪਿੱਛੇ ਖੜ ਕੇ ਕਿਸੇ ਚੀਜ਼ ਦੇ, ਉਹ ਇਸ ਇੰਤਜ਼ਾਰ 'ਚ ਨਹੀਂ ਹੁੰਦਾ
ਵੀ ਮੈਨੂੰ ਕੋਈ ਚੀਜ਼ ਕਿਸੇ ਪਾਸਿਓਂ ਆ ਕੇ ਵੱਜ ਜੂਗੀ, ਗੋਲੀ ਵੱਜ ਜੇ, ਤੀਰ ਵੱਜ ਜੇ ਜਾਂ ਵੀ, ਉਹਦੇ ਅੰਦਰ ਡਰ ਦਾ ਭਾਵ ਨਹੀਂ। ਬਾਬਾ ਅਜੀਤ ਸਿੰਘ ਜੀ ਕਹਿੰਦੇ ਨੇ ਵੀ ਨਾ ਕੁਝ ਆਉਂਦਾ ਹੋਏ ਮੈਂ ਜਾ ਕੇ ਆਪਣਾ ਸੀਸ ਤੇ ਕਿਰਪਾਨ ਤੇ ਰੱਖ ਸਕਦਾ ਨਾ, ਵੀ ਜਿਹੜੀ ਦੁਸ਼ਮਣ ਦੀ ਚੱਲਦੀ ਹੋਊਗੀ ਮੈਂ ਆਪਣਾ ਸੀਸ ਰੱਖੂੰਗਾ ਉਹਦੇ ਤੇ ਜਾ ਕੇ। ਦਸਮ ਪਾਤਸ਼ਾਹ ਕਹਿੰਦੇ ਨੇ ਲੋ ਜਾਓ ਸਿਧਾਰੋ ਤੁਮੇ ਅੱਲਾਹ ਕੋ ਸੌਂਪੋ। ਬਾਬਾ ਪਹਿਲਾਂ ਹੀ ਇਸ ਕਨਫਰਮ ਆ ਸੱਚੇ ਪਾਤਸ਼ਾਹ ਜੀ ਨੂੰ ਵੀ ਤੂੰ ਆਪਣੀ ਮੰਜ਼ਿਲ ਵੱਲ ਨੂੰ ਵੱਧ ਜਾ, ਹੁਣ ਤੂੰ ਜਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ, ਤੂੰ ਉੱਥੇ ਮਰੇਗਾ ਜਾਂ ਮਾਰੇਗਾ ਗੱਲ ਇਹ ਮਾਇਨੇ ਨਹੀਂ ਰੱਖਦੀ, ਤੂੰ ਆਪਣੀ ਮੰਜ਼ਿਲ ਵੱਲ ਨੂੰ ਜਾਣਾ ਤੂੰ ਜਾ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ। ਸੱਚੇ ਪਾਤਸ਼ਾਹ ਕਹਿੰਦੇ ਨੇ ਬਸ ਇੱਕ ਗੱਲ ਧਿਆਨ 'ਚ ਰੱਖਣ ਵਾਲੀ ਹੈ, ਜਿਹਦੇ ਕੋਲ ਜਾਣਾ ਉਹ ਅੰਦਰੋਂ ਵਿਸਰਨਾ ਨਹੀਂ ਚਾਹੀਦਾ। ਇੱਕ ਸਾਧ ਸੰਗਤ ਜੀ ਬੜੀ ਗੱਲ ਧਿਆਨ ਦੇਣ ਵਾਲੀ ਹੈ, ਜਿਹੜੀ ਸਿੱਖ ਫਾਈਟ ਆ ਟੋਟਲ ਹੁਣ ਤੱਕ ਦੀ ਉਹਦੇ ਵਿੱਚ ਜਿੰਨੇ ਵੀ ਸੂਰਮੇ ਹੋਏ ਨੇ, ਜਿਨ੍ਹਾਂ ਦੇ ਜਿਨ੍ਹਾਂ ਨੂੰ ਅਸੀਂ ਸਿਜਦਾ ਕਰਦੇ ਹਾਂ, ਉਹ ਪਹਿਲਾਂ ਗੁਰੂ ਦੇ ਬਚਨਾਂ ਦੇ ਪਹਿਰਾ ਇਸ ਗੱਲ 'ਤੇ ਦਿੰਦੇ ਨੇ ਵੀ ਰੱਬ ਨਹੀਂ ਵਿਸਰਨਾ ਚਾਹੀਦਾ। ਸਾਡੇ ਬਾਬੇ ਦਾ ਉਪਦੇਸ਼ ਪਹਿਲਾਂ ਇਹ ਹੈ, ਤਲਵਾਰ ਵੀ ਚੱਲਦੀ ਹੋਵੇ, ਕਿਰਪਾਨ ਚੱਲਦੀ ਹੋਵੇ ਮੈਦਾਨੇ ਜੰਗ 'ਚ, ਰੱਬ ਨਹੀਂ ਵਿਸਰਨ ਦਾ ਮਤਲਬ ਕੀ ਹੈ? ਜਦੋਂ ਰੱਬ ਵਿਸਰੂਗਾ ਉਦੋਂ ਅਹੰਗ ਅੰਦਰੋਂ ਪੈਦਾ ਹੋਊਗਾ, ਉਹ ਵਿਰੋਧ ਪੈਦਾ ਕਰੇਗਾ, ਵਿਰੋਧ ਗੁੱਸੇ 'ਚ ਹੋਏਗਾ, ਅਹੰਕਾਰ 'ਚ ਹੋਏਗਾ, ਤੈਸ਼ 'ਚ ਹੋਏਗਾ, ਔਰ ਇਸ ਸੈਂਸ 'ਚ ਕੀਤਾ ਗਿਆ ਕੋਈ ਵੀ ਕੰਮ ਸੂਰਮਤਾਈ ਵਾਲਾ ਨਹੀਂ ਹੁੰਦਾ। ਉਹ ਬੰਦੇ ਦੀ ਆਪਣੀ ਕਿਸੇ ਗਰਜ 'ਤੇ ਹੋਏਗਾ। ਇਸ ਕਰਕੇ ਜਿੰਨੇ ਵੀ ਯੁੱਧ ਹੋਏ ਅੱਜ ਤੱਕ ਸਿੱਖੀਜ਼ਮ ਦੇ ਵਿੱਚ, ਗੁਰੂ ਸਾਹਿਬ ਜੀ ਦੇ ਖੁਦ ਸਮੇਂ ਦੇ ਦੌਰਾਨ ਵੀ, ਉਹਨਾਂ ਦੇ ਵਿੱਚ ਜੋ ਕੁਝ ਵੀ ਫਤਿਹ ਕੀਤਾ ਗਿਆ ਉਹ ਉਹਨਾਂ ਦੀ ਆਪਣੀ ਮਲਕੀਅਤ ਨਹੀਂ ਬਣੀ, ਉਹਨੂੰ ਬਣਾਇਆ ਨਹੀਂ ਗਿਆ। ਕਿਉਂਕਿ ਮਲਕੀਅਤ ਜਦੋਂ ਕੋਈ ਚੀਜ਼ ਬਣਦੀ ਹੁੰਦੀ ਹੈ ਉਦੋਂ ਬੰਦਾ ਕਿਸੇ ਦਾਇਰੇ 'ਚ ਖੜ ਜਾਂਦਾ, ਸ਼ਹਾਦਤ ਸਾਰੇ ਦਾਇਰਿਆਂ ਨੂੰ ਕ੍ਰੋਸ ਕਰਕੇ ਪ੍ਰਾਪਤ ਹੁੰਦੀ। ਇਸ ਇਹਦਾ ਮਤਲਬ ਵੀ ਉਹ ਸ਼ਹਾਦਤ ਦੇ ਮਾਇਨੇ ਚੇਂਜ ਕਰ ਦਿੰਦੀ। ਤੋ ਮਹਾਰਾਜ ਸਾਨੂੰ ਉੱਥੋਂ ਤੱਕ ਲੈ ਕੇ ਜਾਂਦੇ ਨੇ ਉਸ ਸੈਂਸ ਦੇ ਵਿੱਚ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ। ਸਿੱਖ ਦੇ ਅੰਦਰੋਂ ਉਹ ਚੀਜ਼ ਮਨਫੀ ਨਹੀਂ ਹੋਣੀ ਚਾਹੀਦੀ, ਸਿੱਖੀ ਕੋ ਉਭਾਰੋ ਤੁਮੇ ਅੱਲਾਹ ਕੋ ਸੌਂਪਾ। ਇਹ ਜਦੋਂ ਐਵੇਂ ਦੀ ਇਹ ਘਟਨਾ ਵਾਪਰ ਜਾਏਗੀ ਉਹਦੇ ਨਾਲ ਫਰਕ ਕੀ ਪਏਗਾ? ਸਾਹਿਬ ਕਹਿੰਦੇ ਨੇ ਇਹਦੇ ਨਾਲ ਸਿੱਖੀ ਪ੍ਰਫੁੱਲਿਤ ਹੋਊਗੀ। ਜਦੋਂ ਕੋਈ ਸੱਚ 'ਤੇ ਪਹਿਰਾ ਦੇ ਕੇ ਇਸ ਸੰਸਾਰ ਤੋਂ ਚਲਾ ਗਿਆ ਉਹਦੇ ਨਾਲ ਸਿੱਖੀ ਜਿਹੜੀ ਆ ਉਹ ਪ੍ਰਫੁੱਲਿਤ ਹੋਈ। ਲੋਕ ਇਸ ਗੱਲ ਨੂੰ ਕਹਿਣਗੇ ਵੀ ਕੋਈ ਸਿੱਖ ਆਪਣੇ ਗੁਰੂ ਦੇ ਬਚਨਾਂ ਦੇ ਉੱਤੇ ਪੂਰਾ ਉੱਤਰ ਗਿਆ। ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਰੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਪਿਆਸੇ ਹੋ ਜਾਮ ਜਾ ਪਿਆਸੇ ਹੋ ਜਾਤ ਜਾਮੇ ਸ਼ਹਾਦਤ ਤੁਮੇ ਬਖਸ਼ੇ। ਸ਼ਹਾਦਤ ਦੀ ਲਾਸਟ ਪੁਆਇੰਟ 'ਤੇ ਵੀ, ਲਾਸਟ ਸੀੜੀ ਚੜ੍ਹਦਿਆਂ ਵੀ ਕਈ ਸੰਭਾਵਨਾਵਾਂ ਮੌਜੂਦ ਹੁੰਦੀਆਂ ਨੇ, ਬੰਦੇ ਦੇ ਅੰਦਰ ਕੁਝ ਆ ਸਕਦਾ ਹੈ ਜਿਹੜਾ ਉਹਨੂੰ ਦੁਨਿਆਵੀ ਜਿਹੜੀ ਕਸ਼ਿਸ਼ ਹੈ ਉਹਦੇ ਨਾਲ ਜੋੜ ਦੇਵੇ, ਲੱਭ ਲੋਭ ਅਹੰਕਾਰ ਕਿਸੇ ਚੀਜ਼ ਦੇ ਵਿੱਚੋਂ ਵੀ ਕੁਝ ਵੀ। ਸਾਹਿਬ ਕਹਿੰਦੇ ਨੇ ਤੂੰ ਅੰਤ ਤੱਕ ਨਿਭ ਜਾਏ, ਤੇਰੇ ਮਨ 'ਚ ਕਿਤੇ ਐਵੇਂ ਦਾ ਕੋਈ ਖਿਆਲ ਆਏ ਨਾ। ਇਹਦਾ ਮਤਲਬ ਸ਼ਹਾਦਤ ਨੂੰ ਪੂਰਨਤਾ ਨਾਲ ਪ੍ਰਾਪਤ ਹੋ ਜਾਏ ਤੂੰ। ਦਸ ਬੀਸ ਕੋ ਜ਼ਖਮੀ ਕੀਆ ਦਸ ਬੀਸ ਕੋ ਮਾਰਾ, ਇੱਕ ਹਮਲੇ ਮੇਂ ਇੱਕ ਏਕ ਨੇ ਇੱਕੀਸ ਕੋ ਮਾਰਾ, ਖੁਨਾਸ ਕੋ ਮਾਰਾ ਕਭੀ ਇਬਲੀਸ ਕੋ ਮਾਰਾ, ਗੁਲ ਮਚਾ ਦੀ ਗਿਆ ਮਚ ਗਿਆ ਇੱਕ ਤੇਫਲ ਨੇ ਚਾਲੀਸ ਕੋ ਮਾਰਾ, ਬਚ ਬਚ ਕੇ ਲੜੋ ਕਲਗੀਆਂ ਵਾਲੇ ਕੇ ਪਿਸਰ ਸੇ, ਇਹ ਨੀਮ ਚਲ ਆਏ ਹੈ ਗੁਰੂ ਜੀ ਕੀ ਕਮਰ ਸੇ। ਗੁਰੂ ਦੀ ਬਖਸ਼ਿਸ਼ ਜਦੋਂ ਨਾਲ ਹੈ ਫਿਰ ਕਿਸੇ ਵੀ ਰੂਪ ਦੇ ਵਿੱਚ ਉਹਨੂੰ ਫਤਿਹ ਨਹੀਂ ਕੀਤਾ ਜਾ ਸਕਦਾ। ਉਸ ਬਖਸ਼ਿਸ਼ ਤੱਕ ਪਹੁੰਚਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਵੇ ਦਿੱਤਾ, ਜਿਹਨੂੰ ਅਸੀਂ ਵਿਚਾਰਦੇ ਹਾਂ ਔਰ ਉਹਨੂੰ ਜਿਉਣ ਦੀ ਜਾਂਚ ਸਿੱਖਣ ਦੀ ਅਸੀਂ ਜਾਂਚ ਨਾ ਕਰਨੇ। ਸਿੱਖ ਦੀ ਅਰਦਾਸ ਦੇ ਵਿੱਚ ਸਿਰਫ ਇਹੀ ਹੁੰਦਾ ਵੀ ਸੱਚੇ ਪਾਤਸ਼ਾਹ ਜਿਉਣ ਦੀ ਜਾਂਚ ਆ ਜਾਏ, ਉਹ ਜਿਉਣ ਦੀ ਜਾਂਚ ਸਿੱਖਣੀ ਹੀ ਜ਼ਿੰਦਗੀ ਵੱਲ ਨੂੰ ਵਧਣਾ,
ਉਹ ਜਿਉਣ ਦੀ ਜਾਚ ਨਾ ਆਉਣਾ ਹੀ ਜਿਹੜਾ ਹੈ ਬੰਦੇ ਦਾ ਭਟਕਣਾ ਦੇ ਵਿੱਚ ਪੈਣਾ। ਜੋਗੀ ਜੀ ਦੇ ਲਫਜ਼ ਨੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਬੰਧ 'ਚ ਇੱਕ ਕਿਸਮ ਦਾ ਸਿਜਦਾ ਵੀ ਹੈ ਜਦੋਂ ਗੁਰੂ ਸਾਹਿਬ ਜੀ ਬਾਰੇ ਗੱਲ ਕਰਦੇ ਨੇ ਵੀ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਸਿਰਫ ਅੱਲਾ ਵਾਸਤੇ ਨਿਭ ਜਾਣਾ, ਰੱਬ ਵਾਸਤੇ ਉਹਦੇ ਸ਼ੁਕਰ 'ਚ ਖੜੇ ਰਹਿਣਾ, ਇਹ ਕਿਸੇ ਰੱਬੀ ਪ੍ਰੇਮ 'ਚ ਰੱਤੜੀ ਰੂਹ ਦਾ ਹੀ ਕੰਮ ਹੋ ਸਕਦਾ, ਕਿਸੇ ਦੂਸਰੇ ਸਧਾਰਨ ਇਨਸਾਨ ਦਾ ਨਹੀਂ। ਉਹ ਕਹਿੰਦੇ ਵੀ ਜਦੋਂ ਵੀ ਦੁਨੀਆਂ ਦੇ ਵਿੱਚ ਆਉਣ ਵਾਲੀਆਂ ਨਸਲਾਂ ਪ੍ਰਤੀ ਇਹ ਸਵਾਲ ਵੀ ਹੈ, ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋਂ ਯਕੀ ਹੈ, ਕਹਿ ਦਿਓ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ। ਉਹ ਕਹਿੰਦੇ ਨੇ ਵੀ ਆਪਣੇ ਐਕਸਪੀਰੀਅੰਸ 'ਚ ਇਹ ਆਇਆ ਵੀ ਜਦੋਂ ਵੀ ਅਸੀਂ ਇਨਸਾਫ ਦੇ ਨਾਲ, ਇਹਦਾ ਮਤਲਬ ਨਿਰਮਲਤਾ ਦੇ ਨਾਲ, ਹਕੀਕਤ ਦੇ ਨਾਲ ਆਪਣੇ ਆਪ ਨੂੰ ਜਦੋਂ ਵੀ ਮਾਪਾਂਗੇ ਤੋਲਾਂਗੇ, ਉਦੋਂ ਮਨ ਇਸ ਗੱਲ 'ਤੇ ਰਾਜ਼ੀ ਹੋ ਜਾਏਗਾ ਵੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਦੂਜਾ ਕੋਈ ਨਹੀਂ। ਇਹ ਪਿਆਰ ਮੁਰੀਦੋਂ ਸੇ ਯੇ ਸ਼ਫਕਤ ਵੀ ਕਹੀ ਹੈ, ਭਗਤੀ ਮੇਂ ਗੁਰੂ ਅਰਸ਼ ਸੰਸਾਰ ਜਿਵੇਂ ਹੈ, ਉਲਫਤ ਕੇ ਜਜ਼ਬੇ ਨਹੀਂ ਦੇਖੇ ਕਹੀਂ ਹਮਨੇ, ਹੈ ਦੇਖਣਾ ਇੱਕ ਬਾਤ ਸੁਣੇ ਵੀ ਨਹੀਂ ਹਮਨੇ। ਜਿਹੜੀ ਮੁਹੱਬਤ ਗੁਰੂ ਦੀ ਸਿੱਖਾਂ ਦੇ ਨਾਲ ਹੈ, ਜਿਹੜੀ ਗੁਰੂ ਦੀ ਡੈਡੀਕੇਸ਼ਨ ਆਪਣੇ ਰੱਬ ਦੇ ਨਾਲ ਆ, ਉਹ ਦੋਵੇਂ ਕਹਿੰਦੇ ਨੇ ਅਫਸਾਨੇ ਵੀ ਨਹੀਂ ਸੁਣੇ ਉਹੋ ਜਿਹੇ। ਇਹਦਾ ਮਤਲਬ ਉਵੇਂ ਦੀ ਗੱਲ ਕਿਤੇ ਸੁਣਨ ਨੂੰ ਮਿਲੀ ਨਹੀਂ। ਕਰਤਾਰ ਕੀ ਸੌਗੰਧ ਨਾਨਕ ਕੀ ਕਸਮ ਹੈ। ਉਹ ਕਹਿੰਦੇ ਵੀ ਐਵੇਂ ਨਾ ਸਮਝੇ ਕੋਈ ਵੀ ਜੋਗੀ ਜਿਹੜਾ ਉਹ ਬਾਬੇ ਦੀ ਉਸਤਤ ਇਸੇ ਕਰਕੇ ਕਰੀ ਜਾਂਦਾ ਵੀ ਖਰੇ ਉਹਦੇ ਦਰ ਤੋਂ ਕਿਤੇ ਉਹਨੇ ਪ੍ਰਸ਼ਾਦਾ ਛੱਕ ਲਿਆ ਹੋਣਾ। ਕਰਤਾਰ ਕੀ ਸੌਗੰਧ ਨਾਨਕ ਕੀ ਕਸਮ ਹੈ। ਹਕੀਕਤ ਦੀ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕੰਮ ਹੈ। ਹਰ ਚੰਦ ਮੇਰੇ ਹੱਥ ਮੇਂ ਪੁਰਜੋਰ ਕਲਮ ਹੈ, ਸਤਿਗੁਰੂ ਕੇ ਲਿਖੂ ਵਸਬ ਕਹਾਂ ਤਾਬੇ ਰਕਮ ਹੈ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਜਾਂ ਮੰਝਧਾਰ ਕੋ ਜਾਂ ਲਹਿਰ ਕੋ ਦੇਖੇ। ਵੀ ਗੁਰੂ ਨੂੰ ਵੇਖਣ ਦਾ ਨਜ਼ਰੀਆ ਜੇ ਅਸੀਂ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਲਹਿਰ ਦੀ ਕੀ ਸਮਰੱਥਾ ਵੀ ਉਹ ਸਮੁੰਦਰ ਦਾ ਅੰਦਾਜ਼ਾ ਲਾ ਜੇ। ਇੱਕ ਕਿਰਨ ਦੇ ਕਿਣਕੇ ਵਿੱਚ, ਇੱਕ ਅੱਗ ਦੇ ਕਿਣਕੇ ਵਿੱਚ ਇੱਕ ਹੀ ਸਮਰੱਥਾ ਵੀ ਉਹ ਸੂਰਜ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਕਿਤੇ ਐਕਸਪਲੇਨ ਕਰ ਸਕੇ। ਤੋ ਹਕੀਕਤਨ ਉਵੇਂ ਨਹੀਂ ਹੋ ਸਕਦਾ ਹੁੰਦਾ। ਮੁੱਦੇ ਦੀ ਜਿਹੜੀ ਬੇਸਿਕ ਉਹਦਾ ਰੂਟ ਨਜ਼ਰ ਆਉਂਦੀ ਹੈ ਇਹਦੇ ਵਿੱਚੋਂ, ਸਾਰੀ ਕਹਾਣੀ ਦੇ ਵਿੱਚੋਂ, ਜਦੋਂ ਅਸੀਂ ਇਤਿਹਾਸ ਦੀਆਂ ਗੱਲਾਂ ਸੁਣਦੇ ਹਾਂ ਵਿਚਾਰਦੇ ਹਾਂ, ਉਹ ਸਾਧ ਸੰਗਤ ਜੀ ਬਸ ਸੱਚ ਦੀ ਗੱਲ ਆ। ਗੁਰੂ ਨੇ ਆਪ ਉਹ ਸੱਚ ਆਪਣੇ ਅੰਦਰ ਟਿਕਾਇਆ, ਰੱਬ ਵੱਲੋਂ ਬਖਸ਼ਿਸ਼ ਰੂਪ ਦੇ ਵਿੱਚ ਉਹਦੇ ਅੰਦਰ ਟਿਕਿਆ। ਗੁਰੂ ਨੇ ਉਹੀ ਸੱਚ ਆਪਣੇ ਵੰਸ਼ਜਾਂ ਵਿੱਚ ਵੀ ਟਿਕਾ ਦਿੱਤਾ, ਆਪਣੇ ਸਿੱਖਾਂ ਵਿੱਚ ਵੀ ਟਿਕਾਇਆ। ਜਿਹੜੇ ਉਸ 'ਤੇ ਨਿਭ ਗਏ ਉਹ ਉਹਦੀ ਨਜ਼ਰ 'ਤੇ ਪ੍ਰਵਾਨ ਹੋ ਗਏ, ਜਿਹੜੇ ਉਹਦੇ ਤੋਂ ਖੁੰਝ ਗਏ ਉਹ ਹਾਲੇ ਜੀਵਨ ਚੱਕਰ ਦੇ ਵਿੱਚ ਦੌੜਦੇ ਨੇ। ਹਕੀਕਤ ਸਿਰਫ ਦੋ ਧਿਰਾਂ ਦੇ ਉੱਤੇ ਹਮੇਸ਼ਾ ਚੱਲਦੀ ਹੈ, ਸੱਚ ਅਤੇ ਝੂਠ, ਜਿੱਥੋਂ ਸਾਡੀ ਗੱਲ ਸ਼ੁਰੂ ਹੋਈ ਸੀ। ਸੱਚ ਗੁਰੂ ਦਾ ਹੈ, ਝੂਠ ਦੁਨਿਆਵੀ ਹੈ। ਝੂਠ ਕੰਪਰੋਮਾਈਜ਼ ਕਰਨ ਵਾਸਤੇ ਹਮੇਸ਼ਾ ਉਤਸ਼ਾਹਿਤ ਕਰਦਾ, ਸੱਚ ਕੁਰਬਾਨ ਹੋਣ ਵਾਸਤੇ ਅੰਦਰ ਉਤਸ਼ਾਹ ਪੈਦਾ ਕਰਦਾ। ਝੂਠ ਸੱਚ ਦੀ ਆੜ ਲੈਂਦਾ, ਸੱਚ ਜਿਹੜਾ ਉਹ ਝੂਠ ਦੀਆਂ ਸਾਰੀਆਂ ਵਲਗਣਾਂ ਤੋਂ ਪਾਰ ਹੋ ਜਾਂਦਾ। ਪਰ ਜਿਹੜੀ ਪਾਰ ਹੋਈਆਂ ਰੂਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹੀ ਨਿਭ ਸਕਦੀਆਂ ਨੇ, ਗੁਰੂ ਨਾਨਕ ਦੇ ਘਰ ਨਾਲ ਉਹੀ ਨਿਭ ਸਕਦੀਆਂ ਨੇ, ਗੁਰੂ ਦੇ ਨਾਲ ਉਹੀ ਨਿਭ ਸਕਦੀਆਂ ਨੇ। ਮਹਾਰਾਜ ਰਹਿਮਤ ਕਰਨ, ਅਸੀਂ ਝੂਠ ਦੇ ਉਹਨਾਂ ਪਰਦਿਆਂ 'ਚੋਂ ਬਾਹਰ ਆਈਏ ਜਿਹੜੇ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਦ੍ਰਿਸ਼ਮਾਨ ਕਰਾਏ ਨੇ, ਦੱਸੇ ਨੇ। ਛੋਟੇ ਸੱਚ ਆਪਣੀ ਆੜ 'ਚ ਨਾ ਉਹਨਾਂ ਨੂੰ ਯੂਜ਼ ਕਰੀਏ। ਜ਼ਿੰਦਗੀ 'ਚ ਅਸੀਂ ਹੁਣ ਤੱਕ ਪਤਾ ਨਹੀਂ ਕਿੰਨੀ ਵਾਰੀ ਮਨਾਇਆ ਹੋਣਾ ਮਹਾਰਾਜ ਜੀ ਦੇ ਇਹ ਜਿਹੜੇ ਸ਼ਹੀਦੀ ਪੁਰਬ ਨੇ, ਉਹਦੇ ਵਿੱਚ ਮੈਸੇਜ ਜਿਹੜਾ ਉਹ ਸੱਚ ਦਾ ਹੈ। ਧਿਰਾਂ ਦੋ ਹੀ ਨੇ, ਹਮੇਸ਼ਾ ਰਹਿਣਗੀਆਂ, ਇਹ ਕਦੀ ਨਹੀਂ ਖਤਮ ਹੁੰਦੀਆਂ, ਸੱਚ ਅਤੇ ਝੂਠ ਹਮੇਸ਼ਾ ਹੀ ਰਹੂਗਾ। ਤੋ ਸੱਚ ਦੇ ਉੱਤੇ ਨਿਭਣ ਵਾਸਤੇ ਉਹਨਾਂ ਮਰ ਜੀਵੜਿਆਂ ਨੇ ਗੁਰੂ ਦੇ ਨਾਲ ਆਪਣਾ ਪ੍ਰੇਮ ਪਾਇਆ,
ਹੁਣ ਵੀ ਹਕੀਕਤ ਉਹੀ ਲਾਜ਼ਮ ਹੁੰਦੀ ਆ ਸਿੱਖਇਜ਼ਮ ਦੇ ਵਿੱਚ, ਜਿਹੜੇ ਉਹਦੇ ਪਿਆਰ 'ਚ ਨੇ ਉਹ ਨਿਭ ਜਾਂਦੇ ਨੇ, ਜਿਹੜੇ ਮੌਕੇ 'ਚ ਨੇ ਉਹ ਵਿਛੜ ਜਾਂਦੇ ਨੇ। ਕਿਰਪਾਲੂ ਪਾਤਸ਼ਾਹ ਜੀ ਰਹਿਮਤ ਕਰਨ, ਸਾਨੂੰ ਵਿਛੋੜਨ ਨਾ ਆਪਣੇ ਪੱਲੇ ਲਾਣ, ਫੁੱਲ ਚੁੱਕ ਦੀ ਖੇਰ ਮਾਂ। ਆਪ ਸਭ ਇਸਦਾ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾਲੂ ਜੀ ਕਾ ਬੇਅੰਤ ਸ਼ੁਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।